कार तो लैके बाइक तो लैके ट्रक ट्रैक्टर 22 इंच 24 इंच तक अपने को स्टॉक अवेलेबल। ये सारी लाइन जी है ये तुसी देख सकते हो भी सारे अलॉय लोए ने, सारे जिहड़े ने जिवें थले लगे सी ट्रेंडिंग अलॉय ने, ठीक है। 55,000 तो 60,000 दी रेंज पे आंदा, बाकी 45 तो स्टार्टिंग रेंज हो जांदी है। की इन्हां दी गारंटी 5 साल दी हुंदी जी, 5 इयर्स दी हुंदी। ये अलॉय व्हील्स ने ये सारे ब्रांडेड हुंदे आ या नॉन ब्रांडेड हुंदे आ या दूजे ओह वी मिल जांदे आ? सारे ब्रांड दे टायर अवेलेबल आ जी अपने कोले, चाइनीज़ भी मिल जाएंगे, कंपनी दे भी मिल जाएंगे। ते भाई ये फिर किन्ने के दे शुरू हो जांदे आ? ये 45,000 तो लैके 60 हमारा एक्सक्लूसिव दा मतलब की हुंदा कि थोड़े बहुत सस्ते मिल जांदे आ कि जां इजीली मिल जांदे आ? हुण ओरिजिनल फ्यूल दा किवें पता लगदा मैनूं ये दस्सो। ये भाजी पुछना की मार्केट नालों आपां सस्ते आ? आपां विद टायर लैंदे आ 3-3.5 दी रेंज पै जांदा है। आपां तुहानूं 2 तों लैके 2.5 लाख दी रेंज दे विच ओह लाई देंदे आ। 1 लाख रुपया डिस्काउंट इजीली नहीं अवेलेबल हुंदा? नहीं नहीं, अपने कोले इन स्टॉक ही हुंदा जी 24 घंटे। जदों दोस्तों ये सारी वैरायटी तुहानूं अज पता लग ਜੋ ਜੀਪਾਂ ਨੂੰ ਟਾਇਰ ਕਿਹੜੇ ਕਿਹੜੇ ਸਾਈਜ਼ ਦੇ ਪੈਂਦੇ ਆ, ਕੀ ਕੀ ਪੈਂਦਾ, ਕਿੰਨੇ ਕਿਤੇ ਹੈਗੇ ਆ, ਕੀ ਇਹ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਆ ਵੀ ਜੇ ਕੋਈ ਨਵੇਂ ਦੇ ਪੈਸੇ ਨਹੀਂ ਲਾਉਣਾ ਚਾਹੁੰਦਾ ਸੈਕਿੰਡ ਹੈਂਡ ਲਾ ਲੈ। 18 ਇੰਚੀ ਸੈੱਟ ਆ, ਸਪੋਜ਼ ਕਰੋ ਇਹ 16,000 ਦੇ ਹੀ ਦੇ ਦਾਂਗੇ ਆਪਾਂ। ਕੀ ਬਤਾ ਨਵਾਂ ਕਿੰਨੇ ਦਾ ਹੁੰਦਾ ਵੈ? ਨਵਾਂ ਭਾਜੀ ਇਹ ਪੈਂਦਾ 40-42 ਦੀ। ਇਹ ਜਿਹੜੇ ਤੁਸੀਂ ਗੱਲ ਕੀਤੀ ਇਹ ਕਿੰਨੇ ਕਿਤੇ ਹੋ ਜਾਂਦੇ ਆ? ਇਹ ਭਾਜੀ ਜਿਹੜੇ 12 ਇੰਚੀ 13,000 ਤੋਂ ਸਟਾਰਟ ਹੋ ਕੇ 15,000 ਦੀ ਰੇਂਜ ਚ ਚੱਲ ਜਾਂਦੇ ਆ। ਜਿਹੜੇ 13 ਇੰਚੀ ਉਹ 15,000 ਤੋਂ ਲੈ ਕੇ ਤੁਸੀਂ ਮੰਨ ਕੇ ਚੱਲੋ ਵੀ 17-18,000 ਤੱਕ। ਇਹ ਵੇਰੀ ਕਿਉਂ ਕਿਸੇ ਚੀਜ਼ ਦੀ ਕਹਿੰਦੇ? ਇਧਰਲੇ ਬੰਨੇ ਸਾਰੇ ਯੂਜ਼ ਟਾਇਰ ਪਏ ਨੇ। 7 ਡੇਸ ਦੀ ਜ਼ਰੂਰ ਆਪਾਂ ਗਾਰੰਟੀ ਦਿੰਨੇ, ਜੇ ਕੋਈ ਪ੍ਰੋਬਲਮ ਆਉਂਦੀ ਕਸਟਮਰ ਨੂੰ ਪਾਉਣ ਤੋਂ ਬਾਅਦ ਤਾਂ ਚੇਂਜ ਕਰ ਸਕਦਾ। ਇਹ ਦੋਨੋਂ ਲਾਈਨ 16 ਦੀ ਭਾਜੀ, ਆ 17 ਦੇ ਕਿੰਨੇ ਲਾਈਨ ਪੈ ਜਾਂਦੇ? ਫੋਰਚੂਨਰ ਨੂੰ ਪੈ ਜਾਂਦੇ 18 ਇੰਚੀ ਦਾ। ਇਹ ਕਿੰਨੇ ਦਾ ਟਾਇਰ ਹੁੰਦਾ ਫਿਰ? ਇਹ ਭਾਜੀ 12,000 ਤੋਂ ਲੈ ਕੇ ਤੇ 20,000 ਤੱਕ ਰੇਂਜ ਜਾਂਦੀ। ਮਤਲਬ ਇਹ ਗਾਰੰਟੀ ਵਾਰੰਟੀ ਵਾਲੇ ਵੀ ਹੁੰਦੇ? ਇਹ ਗਾਰੰਟੀ ਵਾਰੰਟੀ ਮੈਕਸਿਸ ਮਿਲ ਜੂਗਾ ਜਿਹਦੇ ਚ BF ਗੁਡਰਿਚ। ਇਹਦੇ ਜਿੰਨੇ ਸੇਫ ਟਾਇਰ ਤੇ ਵਧੀਆ ਜਿਹੜੇ ਨੇ ਉਹ ਕਿਸੇ ਕੰਪਨੀ ਦੇ ਨਹੀਂ ਆਉਂਦੇ, ਪਰ ਇਹ ਟਾਇਰ ਮਹਿੰਗਾ ਹੁੰਦਾ ਹਨਾ ਥੋੜਾ ਜਿਹਾ ਮਹਿੰਗਾ ਹੁੰਦਾ। ਹਾਂਜੀ ਵੀ ਦੋਸਤੋ ਕੀ ਹਾਲ ਚਾਲ ਨੇ? ਉਮੀਦਾਂ ਸਾਰੇ ਵਧੀਆ ਹੋਣਗੇ। ਮੈਂ ਹੈਗਾ ਦਿਆਕਰਨ, ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ। ਜਿਵੇਂ ਕਿ ਤੁਹਾਡੇ ਵਾਸਤੇ ਬਹੁਤ ਸਾਰੇ ਮੈਂ ਟਰੈਵਲ, ਆਟੋਮੋਬਾਈਲ ਤੇ ਮੋਡੀਫਿਕੇਸ਼ਨ ਦੇ ਵਲੌਗ ਲੈ ਕੇ ਆਉਂਦਾ ਰਹਿਣਾ। ਅੱਜ ਅਸੀਂ ਪਹੁੰਚੇ ਹੋਏ ਹਾਂ ਮੋਗੇ, ਤੇ ਮੋਗੇ ਆਉਣ ਦਾ ਰੀਜ਼ਨ ਕੀ ਸੀਗਾ ਕਿ ਤੁਹਾਨੂੰ ਡਿਮਾਂਡ ਰਹਿੰਦੀ ਆ ਵੀ ਸਾਡੇ ਸ਼ਹਿਰ 'ਚ ਜਾਂ ਸਾਡੇ ਇਲਾਕੇ ਬੰਨੇ ਕਿਹੜਾ ਬੰਦਾ ਵਧੀਆ ਟਾਇਰ ਅਲੋਏ ਜਾਂ ਕੰਮ ਕਰਦਾ, ਠੀਕ ਹੈ। ਤੇ ਫਿਰ ਮੈਂ ਇੱਥੇ ਪਹੁੰਚਿਆ ਹਾਂ ਹੈਪੀ ਬਾਈ ਹੁਣਾਂ ਕੋਲੇ, ਠੀਕ ਹੈ ਬਾਈ, ਕੀ ਹਾਲ ਆ ਬ੍ਰਦਰ? ਵੈਲਕਮ ਸਾਡੇ ਚੈਨਲ ਦੇ ਉੱਤੇ। ਤੇ ਬਹੁਤ ਪੁਰਾਣੇ ਬਾਈ ਹੁਣੀ ਵੈਸੇ ਇਸ ਲਾਈਨ 'ਚ ਕੰਮ ਕਰਦੇ ਆ, ਤੇ ਮੈਨੂੰ ਸੀ ਵੀ ਇਨਫੋਰਮੇਸ਼ਨ ਦਿੱਤੀ ਜਾਵੇ ਜਿਹੜਾ ਮੇਜਰ ਇਹ ਵਲੌਗ ਬਣਾਉਣ ਦਾ ਰੀਜ਼ਨ ਸੀਗਾ ਕਿ ਜਿੱਦਾਂ ਮੈਂ ਬਿੱਲੀਆਂ ਦੇ ਵਲੌਗ ਬਣਾਉਣਾ, ਹੋਰ ਵੀ ਬਾਈ ਬਣਾਉਣਾ, ਤਾਂ ਬਾਈ ਕੋਲੇ ਸਾਰੇ ਵਿਲੀਸ ਦੇ ਟਾਇਰ ਵੀ ਮਿਲਦੇ ਆ, ਜੀਪਾਂ ਦੇ ਵੀ ਮਿਲ ਜਾਂਦੇ ਆ, ਠੀਕ ਹੈ, ਟਰੈਕਟਰ ਦੇ ਵੀ ਮਿਲ ਜਾਂਦੇ ਆ, ਸਾਰਾ ਕੁਝ। ਬਾਈ ਹੁਣ ਮੈਂ ਪਹਿਲਾਂ ਤਾਂ ਇਹ ਚਾਹੁੰਦਾ ਵਾਂ ਕਿ ਮੇਰੇ ਵਿਊਵਰਸ ਨੂੰ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਵੀ ਤੁਸੀਂ ਕਦੋਂ ਤੋਂ ਇਸ ਲਾਈਨ 'ਚ ਆ, ਕੀ ਚੀਜ਼ ਤੁਹਾਡੇ ਕੋਲ, ਪ੍ਰੋਡਕਟ ਕਿਹੜੇ ਕਿਹੜੇ ਮਿਲ ਜਾਂਦੇ ਆ ਤੇ ਕਿਸ ਨਾਮ ਨਾਲ ਤੇ ਕਿੱਥੇ ਆ? ਮੇਰਾ ਨਾਮ ਸ਼ੁਭਮ ਸ਼ਰਮਾ ਜੀ, ਆਪਣੀ ਸਟੋਰ ਦਾ ਨਾਮ ਹੈਗਾ ਹੈਪੀ ਟਾਇਰ ਹਾਊਸ ਜੀ। ਆਪਣੇ ਕੋਲ ਹਰ ਤਰ੍ਹਾਂ ਦਾ ਟਾਇਰ ਅਵੇਲੇਬਲ ਹੈ ਜੀ, ਕਾਰ ਤੋਂ ਲੈ ਕੇ ਬਾਈਕ ਤੋਂ ਲੈ ਕੇ ਟਰੱਕ ਟਰੈਕਟਰ 22 ਇੰਚ 24 ਇੰਚ ਤੱਕ ਆਪਣੇ ਕੋਲ ਸਟਾਕ ਅਵੇਲੇਬਲ ਸਾਰਾ ਰਹਿੰਦਾ। ਹਾਂਜੀ, 22 ਇੰਚ ਫਿਊਲ ਵਗੈਰਾ, ਥਾਰ ਵਗੈਰਾ ਨੂੰ ਟਾਇਰ, MT80 ਸਾਰੇ ਆਪਣੇ ਕੋਲ ਅਵੇਲੇਬਲ ਹੁੰਦੇ ਆ ਜੀ। ਜਦ ਮਰਜ਼ੀ ਤੁਸੀਂ ਆ ਸਕਦੇ ਹੋ। ਸਾਡਾ ਮੇਨ ਮੋਟਿਵ ਇਹ ਹੈ ਵੀ ਹਰ ਸਾਰੀ ਚੀਜ਼ ਆਪਾਂ ਇੱਥੇ ਮੋਗੇ ਦੇ ਵਿੱਚ ਪ੍ਰੋਵਾਈਡ ਕਰਾਈਏ, ਕਸਟਮਰ ਨੂੰ ਕਿਤੇ ਜਾਣ ਦੀ ਲੋੜ ਨਾ ਪਵੇ। ਹਾਂਜੀ ਬਾਈ, ਪਹਿਲੀ ਤਾਂ ਗੱਲ ਤੁਹਾਨੂੰ ਨਾਲ ਹੀ ਦੱਸ ਦਿੰਦਾ ਕਿ ਬਾਈ ਹੁਣੀ ਅਜੇ ਫਿਟਿੰਗ ਕਰੀ ਜਾਂਦੇ ਆ ਇਹਦੀ, ਤੇ ਇਹ ਤੁਸੀਂ ਦੇਖ ਸਕਦੇ ਹੋ। ਇਹ ਬਾਈ ਕਿੰਨੇ ਇੰਚ ਪਾਏ ਆ? ਇਹ 17 ਇੰਚ ਭਾਜੀ ਲੋਏ ਪਾਏ ਆ ਆਪਾਂ, ਲੋ ਪ੍ਰੋਫਾਈਲ ਟਾਇਰ ਪਾਇਆ, 215-45-17, ਠੀਕ ਹੈ। ਇੱਕ ਗੱਲ ਮੈਨੂੰ ਇੱਥੇ ਕਲੀਅਰ ਕਰਿਓ ਪਹਿਲਾਂ ਕਿ ਜਿਹੜੇ ਅਲੋਏ ਵੀਲਸ ਨੇ ਇਹ ਸਾਰੇ ਬ੍ਰਾਂਡਡ ਹੁੰਦੇ ਆ ਜਾਂ ਨਾਨ ਬ੍ਰਾਂਡਡ ਹੁੰਦੇ ਆ? ਸਾਰਾ ਮਲਟੀ ਬ੍ਰਾਂਡ ਹੁੰਦਾ ਭਾਜੀ, ਠੀਕ ਹੈ। ਹਾਂਜੀ, ਕੋਈ ਡਿਜ਼ਾਈਨ ਕਿਸੇ ਕੰਪਨੀ ਦਾ ਫੇਮਸ ਆ, ਮਤਲਬ ਕੋਈ ਕਿਸੇ ਦਾ ਹੈਗਾ ਫੇਮਸ ਆ। ਇਹਦੇ ਚ ਪ੍ਰਾਈਸ ਵੇਰੀਐਂਟ ਵੀ ਆਉਂਦਾ? ਪ੍ਰਾਈਸ ਵੀ ਵੇਰੀ ਕਰਦਾ ਜੀ। ਇਹ ਤੁਸੀਂ ਮੰਨ ਕੇ ਚੱਲੋ 17 ਇੰਚ ਜਿਹੜਾ ਸਵਿਫਟ ਦਾ ਲੋਏ ਆ ਜੀ, ਠੀਕ ਹੈ, ਇਹ ਆਪਾਂ ਨੂੰ 27,000 ਤੋਂ ਲੈ ਕੇ ਤੇ 35,000 ਦੀ ਰੇਂਜ ਤੱਕ ਪੈ ਜਾਂਦਾ। ਤੇ ਇਹਨੂੰ ਵੱਡੇ ਤੋਂ ਵੱਡਾ ਜਿਹੜਾ ਕੰਫਰਟੇਬਲ ਰਹਿੰਦਾ ਉਹ ਕਿਹੜਾ ਸਾਈਜ਼ ਰਹਿੰਦਾ? ਪੈਰ ਨੂੰ ਭਾਜੀ 18 ਵੀ ਪੈ ਜਾਂਦਾ, ਹੁਣ 20 ਵੀ ਪਾ ਲੈਂਦੇ ਕਈਆਂ ਨੇ ਜਿਹਨਾਂ ਨੇ ਨਜਾਇਜ਼ ਆ, ਉਹ ਪਰ ਨਜਾਇਜ਼ ਆ, ਉਹ ਓਵਰ ਹੋ ਜਾਂਦਾ ਕੰਮ, ਹੋ ਜਾਂਦਾ, ਠੀਕ ਹੈ। ਉਹ ਆਪਾਂ ਦੱਸ ਦਈਦਾ, ਬਾਕੀ ਕਸਟਮਰ ਜਿਹੜੀ ਡਿਮਾਂਡ ਰਹਿੰਦੀ ਉਹ ਆਪਾਂ ਜ਼ਰੂਰ ਫੁਲਫਿਲ ਕਰੀਏ, ਠੀਕ ਹੈ। ਜਿਹੜੇ ਟਾਇਰਸ ਨੇ ਆਪਣੇ ਕੋਲੇ ਸਾਰੇ ਬ੍ਰਾਂਡਸ ਦੇ ਟਾਇਰ ਨੇ, ਚਾਈਨੀਜ਼ ਜਾਂ ਦੂਜੇ ਉਹ ਵੀ ਮਿਲ ਜਾਂਦੇ ਆ? ਸਾਰੇ ਬ੍ਰਾਂਡ ਦੇ ਟਾਇਰ ਅਵੇਲੇਬਲ ਆ ਜੀ ਆਪਣੇ ਕੋਲੇ, ਚਾਈਨੀਜ਼ ਵੀ ਮਿਲ ਜਾਣਗੇ, ਕੰਪਨੀ ਦੇ ਵੀ ਮਿਲ ਜਾਣਗੇ ਜੀ ਸਾਰੇ। ਮੈਂ ਵੁੱਡਮਾ ਵੈਬਸਾਈਟ ਬਾਰੇ ਦੱਸਣਾ ਚਾਹੁੰਦਾ, ਆਟੋਮੋਬਾਈਲ ਦੀ ਸਪੇਅਰ ਪਾਰਟ ਦੀ ਕੰਪਨੀ ਹੈ ਜਿਹਦੇ ਵਿੱਚ ਕਿ ਬਹੁਤ ਵੱਡੀ ਕੈਟਾਲੌਗ ਆ, ਤੁਸੀਂ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਦਾ ਸਪੇਅਰ ਪਾਰਟ ਬਾਏ ਕਰ ਸਕਦੇ ਹੋ ਆਪਣੇ ਘਰੇ ਬੈਠੇ। ਜਸਟ ਤੁਹਾਨੂੰ ਉਹਨਾਂ ਦੀ ਐਪਲੀਕੇਸ਼ਨ ਤੇ ਜਾਂ ਤੁਹਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਉੱਥੇ ਉਹਨਾਂ ਦੀ ਆਪਸ਼ਨ ਖੋਲ ਲੈਣੀ, ਉੱਥੇ ਤੁਸੀਂ ਜਿਹੜੀ ਗੱਡੀ ਦਾ ਤੁਸੀਂ ਪਾਰਟ ਚਾਹੁੰਦੇ ਹੋ ਉਹ ਅਵੇਲੇਬਲ ਤੁਹਾਨੂੰ ਉੱਥੇ ਦੇਖ ਲੈਣਾ ਵੀ ਹੈਗਾ, ਕਿਹੜੇ ਮਾਡਲ ਹੈ, ਕੀ ਸਿਸਟਮ ਹੈ, ਤੁਹਾਨੂੰ ਕਿਹੜਾ ਕਿਹੜਾ ਚਾਹੀਦਾ ਸਾਰਾ ਉੱਥੇ ਸ਼ੋਅ ਹੋ ਜਾਊਗਾ, ਤੇ ਤੁਸੀਂ ਉਹਨੂੰ ਆਰਡਰ ਕਰ ਸਕਦੇ ਹੋ ਬੜੇ ਈਜ਼ੀ ਤਰੀਕੇ ਨਾਲ, ਤੁਹਾਡੇ ਘਰੇ ਜਾਂ ਤੁਹਾਡੇ ਗਰਾਜ 'ਚ ਵੀ ਇਹ ਚੀਜ਼ ਆ ਸਕਦੀ ਹੈ, ਤੇ ਉਹਦੇ ਵਿੱਚ ਤੁਹਾਨੂੰ ਪ੍ਰਾਈਸ ਕੰਪੈਰੀਜ਼ਨ ਵੀ ਬਹੁਤ ਜ਼ਿਆਦਾ ਮਿਲ ਜਾਣਗੇ, ਕਿਉਂਕਿ ਇਹਨਾਂ ਕੋਲੇ ਕਾਫੀ ਕੰਪਨੀਆਂ ਦੇ ਵਿੱਚ ਛੋਟੇ ਛੋਟੇ ਵੈਂਡਰਸ ਅਵੇਲੇਬਲ ਨੇ, ਤੇ ਤੁਸੀਂ ਉੱਥੋਂ ਬਾਏ ਕਰ ਸਕਦੇ ਹੋ। ਜਿਹੜੇ ਜੇ ਤੁਹਾਨੂੰ ਪਾਰਟ ਪਸੰਦ ਨਹੀਂ ਆਉਂਦਾ ਤੁਸੀਂ ਇਹਨੂੰ ਵਾਪਸ ਵੀ ਕਰ ਸਕਦੇ ਹੋ ਵਿਦਨ 10 ਡੇਜ਼, ਤੇ ਉਹਦੇ ਤੁਹਾਨੂੰ ਪ੍ਰਾਈਸ ਵਗੈਰਾ ਜਿਹੜੀ ਪੈਸੇ ਤੁਹਾਡੇ ਅਕਾਊਂਟ 'ਚ ਵਾਪਸ ਵੀ ਆ ਜਾਣਗੇ। ਤੇ iOS, ਐਂਡਰੋਇਡ ਤੇ ਸਾਰੇ ਕਿਤੇ ਇਹ ਅਵੇਲੇਬਲ ਆ, ਤੁਸੀਂ ਉਹਦੀ ਐਪਲੀਕੇਸ਼ਨ ਡਾਊਨਲੋਡ ਕਰਕੇ ਸਰਵਿਸਿਜ਼ ਲੈ ਸਕਦੇ ਹੋ, ਤੇ ਬਹੁਤ ਹੀ ਵਧੀਆ ਉਮੀਦ ਆ।
ਹਾਂ ਜੀ ਹਾਂ ਜੀ ਇਹ ਕਿੰਨੇ ਕਿ ਦੇ ਨੇ ਵੈਸੇ ਇਹ ਟਾਇਰ ਭਾਜੀ 4500 ਤੋਂ ਸਟਾਰਟ ਹੋ ਜਾਂਦਾ ਜੀ 4500 ਤੋਂ 4500 ਤੋਂ ਠੀਕ ਹੈ ਇਹ ਵੇਰੀ ਕਰਦਾ 11000 ਤੱਕ ਜੇ ਆਪਾਂ ਬ੍ਰਾਂਡ ਚ ਜਾਣਾ ਬ੍ਰਾਂਡ ਚ ਜਾਣਾ ਠੀਕ ਹੈ ਔਰ ਤੁਹਾਨੂੰ ਅੰਦਰ ਬ੍ਰਾਂਡਡ ਵੀ ਦਿਖਾਉਂਦੇ ਆ ਤੇ ਨਾਲ ਇਹਦਾ ਸਕਾਰਪੀਓ ਵੀ ਵੇਖ ਸਕਦੇ ਆ ਤੁਸੀਂ ਇਹ ਜਿਹੜੀ ਸਕਾਰਪੀਓ ਆ ਬਾਈ ਇਹਨੂੰ ਵੀ ਪਏ ਹੋਏ ਆ 20 ਇੰਚ ਪਏ ਹੋਏ ਆ ਬਾਈ ਹੁਣਾਂ ਨੇ ਇਹ ਥੋੜਾ ਜਿਹਾ ਪਹਿਲਾਂ ਪਾਏ ਸੀ ਅੱਜ ਅਲਾਈਨਮੈਂਟ ਵਗੈਰਾ ਲਈ ਆਏ ਸੀਗੇ ਤੇ ਬਾਈ ਇਹ ਫਿਰ ਕਿੰਨੇ ਕਿ ਦੇ ਸ਼ੁਰੂ ਹੋ ਜਾਂਦੇ ਆ ਇਹ 45000 ਤੋਂ ਲੈ ਕੇ 60000 ਤੱਕ ਭਾਜੀ ਪੈ ਜਾਂਦੇ ਆ ਲੋਜ ਠੀਕ ਹੈ ਤੇ ਇਹ ਇਹਨੂੰ ਕੰਫਰਟੇਬਲ ਰਹਿੰਦੇ ਆ ਇਹ ਕੰਫਰਟੇਬਲ ਰਹਿੰਦੇ ਇਹਦੇ ਨਾਲ ਟਾਇਰ ਆ ਫਿਰ ਉਹ ਕਿਹੜੇ ਮਿਲਦੇ ਆ ਇਹ ਲੋ ਪ੍ਰੋਫਾਈਲ ਦੀ ਆਪਾਂ 22 ਇੰਚ ਪਾਉਣਾ ਫਿਰ 40 ਪ੍ਰੋਫਾਈਲ ਪੈਂਦੀ ਭਾਜੀ ਜੇ ਆਪਾਂ 20 ਇੰਚ ਪਾਉਣਾ ਫਿਰ 45 50 ਵੀ ਪੈ ਜਾਂਦੀ ਆ ਜੀ ਪ੍ਰੋਫਾਈਲ 55 ਵੀ ਪੈ ਜਾਂਦੀ ਆ ਆਪਣੇ ਤੇ ਹਾਂਜੀ ਤੇ ਇਹ ਸਾਰਾ ਸੈਟਅਪ ਕਿੰਨੇ ਕਿ ਦਾ ਵੈਸੇ ਇਹ ਭਾਜੀ ਪੈ ਜਾਂਦਾ ਆਲਮੋਸਟ ਹੀ ਮੰਨ ਕੇ ਚੱਲੋ 45000 ਤੋਂ ਲੈ ਕੇ 60000 ਦੇ ਵਿੱਚ ਲੋਏ ਆ ਜੀ 8000 ਤੋਂ ਟਾਇਰ ਸਟਾਰਟ ਹੋ ਜਾਂਦਾ 24000 ਤੱਕ ਟਾਇਰ ਹੈ ਜੀ ਟਾਇਰ ਚੱਲ ਜਾਂਦਾ ਕਰਕੇ ਬਾਈ ਇਹ ਤੁਸੀਂ ਬਾਈ ਨੂੰ ਦੱਸਿਆ 45000 ਤੋਂ 45000 ਤੋਂ ਲੋਏ ਦੀ ਸਟਾਰਟਿੰਗ ਰੇਂਜ ਹੈ ਜੀ 60000 ਤੱਕ ਲੋਏ ਆ ਜੀ ਉਸ ਤੋਂ ਬਾਅਦ ਜਿਹੜਾ ਟਾਇਰ ਹੈ ਜੀ 8000 ਤੋਂ ਸਟਾਰਟ ਹੋ ਕੇ ਤੇ ਆਪਣਾ 24000 ਤੱਕ ਟਾਇਰ ਹੈਗਾ ਜੀ 20 ਇੰਚ ਦਾ 20 ਇੰਚ ਦਾ ਆਓ ਚੱਲਦੇ ਹੁਣ ਅੰਦਰ ਕੁਝ ਹੋਰ ਵੀ ਚੇਂਜ ਹੋਈ ਜਾਂਦੇ ਇੱਥੇ ਤੁਹਾਨੂੰ ਉਹ ਵੀ ਦਿਖਾ ਦਾਂਗੇ ਪਹਿਲੀ ਤੇ ਗੱਲ ਆ ਬਈ ਇੱਥੋਂ ਹੀ ਸ਼ੁਰੂ ਕਰ ਲੈਂਦੇ ਆਪਾਂ ਬਾਹਰੋਂ ਹੀ ਤੇ ਬਾਈ ਦਾ ਅਜੇ ਸਟਾਕ ਆਇਆ ਹੀ ਲੱਗਦਾ ਯੋਕੋਹਾਮਾ ਦਾ ਇਹ ਯੋਕੋਹਾਮਾ ਦਾ ਆਪਣੇ ਕੋਲ ਵੀ ਲਾਇਆ ਆ ਡੀਲਰਸ਼ਿਪ ਆ ਕੋਈ ਡੀਲਰਸ਼ਿਪ ਆਪਣੇ ਕੋਲੇ ਅੱਛਾ ਆਪਾਂ ਯੋਕੋਹਾਮਾ ਦਾ ਲਾਈਕ ਐਕਸਕਲੂਸਿਵ ਡੀਲਰਸ਼ਿਪ ਆਪਾਂ ਡੀਲ ਜ਼ਿਆਦਾ ਕਰਦੇ ਯੋਕੋਹਾਮਾ ਦਾ ਐਕਸਕਲੂਸਿਵ ਦਾ ਮਤਲਬ ਕੀ ਹੁੰਦਾ ਕਿ ਥੋੜੇ ਬਹੁਤੇ ਸਸਤੇ ਮਿਲ ਜਾਂਦੇ ਆ ਕਿ ਜਾਂ ਈਜ਼ੀਲੀ ਮਿਲ ਜਾਂਦੇ ਆ ਈਜ਼ੀਲੀ ਵੀ ਮਿਲ ਜਾਣਗੇ ਤੇ ਸਸਤੇ ਵੀ ਮਿਲਣਗੇ ਜੀ ਥੋੜਾ ਫਰਕ ਹੁੰਦਾ ਹੈ ਨਾ ਹਾਂਜੀ ਹਾਂ ਬਾਈ ਤੁਸੀਂ ਦੇਖ ਸਕਦੇ ਹੋ ਸਟਾਕ ਅਜੇ ਆਇਆ ਹੀ ਆ ਸਾਰਾ ਯੋਕੋਹਾਮਾ ਦੇ ਪ੍ਰੋਪਰ ਸਾਰੇ ਇਹ ਕਿਹੜੀਆਂ ਗੱਡੀਆਂ ਦੇ ਤੇ ਕਿਹੜੇ ਸਾਈਜ਼ ਚ ਆ ਜਾਂਦੇ ਆ ਵੈਸੇ ਇਹ ਸਾਰੇ ਆਪਣੇ ਕੋਲੇ ਸਾਈਜ਼ ਅਵੇਲੇਬਲ ਆ ਭਾਜੀ ਜਿਹੜੀ ਮਰਜ਼ੀ 4 ਵੀਲਰ ਦਾ ਤੁਸੀਂ ਟਾਇਰ ਯੋਕੋਹਾਮਾ ਦਾ ਸਾਡੇ ਕੋਲੋਂ ਲੈ ਸਕਦੇ ਹੋ 24 ਘੰਟੇ ਅਵੇਲੇਬਲ ਹੋਊਗਾ ਸਟਾਕ ਆਪਣੇ ਕੋਲੇ ਰੈਡੀ ਹੁੰਦਾ ਹੈ ਰੈਡੀ ਹੁੰਦਾ ਠੀਕ ਆ ਜਾਓ ਬਾਈ ਇਸ ਕਰਕੇ ਨਾਲ ਨਾਲ ਦੱਸੀ ਵੀ ਜਾਂਦੇ ਮਾੜਾ ਮੋਟਾ ਬਾਈ ਹੁਣਾਂ ਕੋਲੇ ਪੁਰਾਣੇ ਤੁਹਾਨੂੰ ਲੋਏ ਉਹ ਵੀ ਮਿਲ ਜਾਣਗੇ ਤੇ ਟਾਇਰ ਵੀ ਵਗੈਰਾ ਵੀ ਆਪਣੇ ਕੋਲ ਪੁਰਾਣੇ ਮਿਲ ਜਾਂਦੇ ਆ ਹਾਂਜੀ ਹਾਂਜੀ ਟਾਇਰ ਪੁਰਾਣੇ ਵੀ ਮਿਲ ਜਾਣਗੇ ਨਵੇਂ ਵੀ ਸਾਰਾ ਭਾਜੀ ਸਾਰਾ ਕੁਝ ਮਿਲ ਜਾਂਦਾ ਤੇ ਬਾਈ ਪ੍ਰੋਪਰ ਮਸ਼ੀਨਾਂ ਵਗੈਰਾ ਲੱਗੀਆਂ ਹੋਈਆਂ ਨੇ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈਗੀ ਜੀ ਮੈਸ ਹੋਈ ਪਈ ਹੈ ਕਿਉਂਕਿ ਮੈਂ ਰੈਂਡਮ ਆ ਗਿਆ ਬਾਈ ਇਹ ਮੈਨੂੰ ਦੱਸਿਓ ਇਹ ਛੋਟੇ ਪਏ ਨੇ ਹਨਾ ਹਾਂਜੀ ਹਾਂਜੀ ਇਹ ਸਕੂਟਰੀ ਦੇ ਕਾਦੇ ਆ ਇਹ ਐਕਟਿਵਾ ਦੇ ਭਾਜੀ ਐਕਟਿਵਾ ਤੋਂ ਸ਼ੁਰੂ ਹੋ ਜਾਂਦੇ ਮਤਲਬ ਇਹ ਕਿੰਨੇ ਦਾ ਟਾਇਰ ਸ਼ੁਰੂ ਹੋ ਜਾਂਦਾ ਫਿਰ ਇਹ ਭਾਜੀ 900 ਤੋਂ ਸ਼ੁਰੂ ਹੋ ਜਾਂਦਾ 1500 1600 ਤੱਕ ਆਂਦਾ ਜੀ ਇਹਦੇ ਚ ਵੀ ਕੋਈ ਬ੍ਰਾਂਡ ਆਉਂਦਾ ਇਹਦੇ ਚ ਰੇਜ ਸੀਏਟ ਐਮਆਰਐਫ ਨਾਰਮਲ ਜੇ ਬ੍ਰਾਂਡ ਹੀ ਗਰੰਟੀ ਵਾਰੰਟੀ ਵਾਲੇ ਵੀ ਮਿਲ ਜਾਂਦੇ ਗਰੰਟੀ ਹਾਂਜੀ 5 ਸਾਲ ਦੀ ਗਰੰਟੀ ਹੁੰਦੀ ਹੈ ਜੀ 5 ਇਅਰਸ ਦੀ ਮੈਨੂਫੈਕਚਰਿੰਗ ਠੀਕ ਹੈ ਇਹ ਸੈਕਿੰਡ ਹੈਂਡ ਅਲੋਏ ਆ ਗਏ ਭਾਜੀ ਇਹ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਆ ਵੀ ਜੇ ਕੋਈ ਨਵੇਂ ਦੇ ਪੈਸੇ ਨਹੀਂ ਲਾਉਣਾ ਚਾਹੁੰਦਾ ਸੈਕਿੰਡ ਹੈਂਡ ਲੈ ਲੈ ਤੇ ਫਿਰ ਬਾਲੇ ਸਸਤੇ ਹੋਣੇ ਆ ਇਹ ਬਾਲੇ ਸਸਤੇ ਹੁੰਦੇ ਆ ਇਹ ਕਿੰਨੇ ਕਿਤੇ ਹੁੰਦੇ ਆ ਹੁਣ 18 ਇੰਚੀ ਸੈੱਟ ਆ ਸਪੋਜ਼ ਕਰੋ ਇਹ 16000 ਦੇ ਹੀ ਦੇ ਦਾਂਗੇ ਆਪਾਂ ਕੀ ਬਤ ਨਵਾਂ ਕਿੰਨੇ ਕਿਤੇ ਹੁੰਦਾ ਵੈ ਨਵਾਂ ਭਾਜੀ ਇਹ ਪੈਂਦਾ 40-42 ਦੀ ਬੱਲੇ ਬਾਈ ਇੰਨਾ ਫਰਕ ਆ ਤੁਸੀਂ ਇੱਥੋਂ ਹਿਸਾਬ ਲਾ ਲਓ ਤੇ ਹੁਣ ਆ ਜਾਓ ਚੱਲਦੇ ਆ ਅੰਦਰ ਤੇ ਇਸ ਕਰਕੇ ਪਹਿਲਾਂ ਤਾਂ ਇਹ ਦੇਖ ਲਓ ਤੁਸੀਂ ਸਟਾਰਟਿੰਗ ਦੀ ਬਾਈ ਨੇ ਰੱਖਿਆ ਅਮਰੀਕਨ ਬ੍ਰਾਂਡ ਇਹ ਫਿਊਲ ਹਾਂਜੀ ਹਾਂਜੀ ਫਿਊਲ ਮਤਲਬ ਸਾਰੇ ਦਾ ਹੀ ਫੈਲ ਗਿਆ ਹਨਾ ਹਾਂਜੀ 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 ਤੇ ਇਸ ਕਰਕੇ ਬਾਈ ਫਿਊਲ ਜਿਹੜਾ ਫਿਰ ਇਹ ਲਾਈਕ ਇਹ ਤਾਂ ਈਜ਼ੀਲੀ ਨਹੀਂ ਅਵੇਲੇਬਲ ਹੁੰਦਾ ਨਹੀਂ ਨਹੀਂ ਆਪਣੇ ਕੋਲੇ ਇਨ ਸਟਾਕ ਹੀ ਹੁੰਦਾ ਜੀ 24 ਘੰਟੇ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਇਹ 22 ਇੰਚ 12 ਜੇ ਵਾਈਡ ਹੁੰਦਾ ਜੀ ਠੀਕ ਹੈ ਪ੍ਰੋਪਰ ਫਿਊਲ ਹੋਊਗਾ ਜੀ ਇਹ ਤੁਸੀਂ ਮੰਨ ਕੇ ਚੱਲੋ 1,80,000 ਤੋਂ ਲੈ ਕੇ 2,00,000 ਦੇ ਨੀਅਰ ਅਬਾਊਟ ਸੈੱਟ ਪੈ ਜਾਂਦਾ 5 ਪੀਸ ਦਾ ਇਹ ਚ ਚੁਆਇਸ ਵੀ ਹੈਗੀ ਆ ਆਪਣੇ ਕੋਲੇ ਇਹਦੇ ਚ ਹਾਂਜੀ ਚੁਆਇਸ ਵੀ ਮਿਲ ਜੂਗੀ ਆਪਣੇ ਕੋਲੇ ਸਾਰੇ ਹਰ ਤਰ੍ਹਾਂ ਦਾ ਲੋਏ ਕੋਈ ਵੀ ਜੇ ਕੋਈ ਪਰਸਨਲ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਆਰਡਰ ਤੇ ਮੰਗਾ ਸਕਦੇ ਉਹ ਵੀ ਮਿਲ ਜੂਗਾ ਠੀਕ ਹੈ ਬਾਕੀ ਭਾਈ ਤੁਸੀਂ ਇੱਧਰ ਦੇਖ ਸਕਦੇ ਹੋ ਬਾਈਕਸ ਵਾਲੇ ਟਾਇਰਸ ਵੀ ਪਏ ਨੇ ਇੱਥੇ ਸਾਰੇ ਬਾਈਕ ਵਾਲੇ ਵੀ ਬਾਈਕਸ ਦੇ ਅਲੋਏ ਵੀ ਭਾਜੀ ਅਵੇਲੇਬਲ ਆ ਉਹ ਵੀ ਮਿਲ ਜਾਂਦੇ ਆ ਸਪਲੈਂਡਰ ਤੇ ਬੁਲਟ ਦੇ ਅਲੋਏ ਦੋਨਾਂ ਦੇ ਮਿਲ ਜਾਂਦੇ 24 ਘੰਟੇ ਜਦੋਂ 24 ਘੰਟੇ ਇਹ ਕਿੰਨੇ ਦਾ ਸ਼ੁਰੂ ਹੋ ਜਾਂਦਾ ਟਾਇਰ ਵੈਸੇ ਇਹ ਭਾਜੀ ਹੋ ਜਾਂਦਾ 13-1400 ਤੋਂ ਸ਼ੁਰੂ ਹੋ ਜਾਂਦਾ ਤੇ ਗਰੰਟੀ ਵਾਲੇ ਹੁੰਦੇ ਆ ਗਰੰਟੀ ਵਾਲੇ ਭਾਜੀ ਠੀਕ ਹੈ ਇਹ ਜਾਂਦਾ ਆਪਣਾ ਤੁਸੀਂ ਮੰਨ ਕੇ ਚੱਲੋ 2500 2600 ਤੱਕ ਚੱਲ ਜਾਂਦਾ ਬਾਕੀ ਵੱਡੇ ਛੋਟੇ ਸਾਈਜ਼ ਵੀ ਪਏ ਆ ਬਾਈ ਤੁਸੀਂ ਦੇਖ ਸਕਦੇ ਹੋ ਸਾਰੇ ਬਾਈਕ ਵਾਲੇ ਉਹ ਵੀ ਪਏ ਆ ਉਹ ਹੋਰ ਅੰਦਰ ਚੱਲਦੇ ਆ ਤੇ ਹੌਲੀ ਹੌਲੀ ਇਧਰੇ ਬਾਈ ਹੁਣਾਂ ਦੇ ਵੇਖੇ ਸਾਰਾ ਭਰਿਆ ਹੀ ਪਿਆ ਟਾਇਰਾਂ ਨਾਲ ਕਿਉਂਕਿ ਬਾਈ ਕੋਲੇ ਬਹੁਤ ਸਾਰੀ ਵੈਰਾਈਟੀ ਇਹਦੀ ਟਾਇਰਾਂ ਦੀ ਪਹਿਲਾਂ ਹੀ ਹੈਗੀ ਆ ਤਾਂ ਕਰਕੇ ਸਾਰਾ ਭਰਿਆ ਪਿਆ ਹੁਣ ਗੱਲ ਕੀਤੀ ਜਾਵੇ ਇੱਥੋਂ ਵੀਲਸ ਦੀ ਤੇ ਇਹ ਵੈਸੇ ਤੁਸੀਂ ਸਾਰੇ ਰੈਕ ਲਾਏ ਨੇ ਹਨਾ ਮਤਲਬ ਤੁਸੀਂ 14 ਇੰਚ ਵੀਲ ਆ ਭਾਜੀ ਸਵਿਫਟਲੀ ਹੋ ਗਿਆ ਆਪਣਾ ਹੈਂਡੀਕੈਪ ਵਗੈਰਾ ਵਾਸਤੇ ਤੇ 14 ਇੰਚ ਵੀਲ ਫਿਰ ਕਿੰਨੇ ਕਿ ਤੋਂ ਸ਼ੁਰੂ ਹੋ ਜਾਂਦਾ ਇਹ ਭਾਜੀ 14 ਇੰਚ ਹੋ ਜਾਂਦਾ 15000 ਤੋਂ ਲੈ ਕੇ ਤੇ 20000 ਦੀ ਰੇਂਜ ਚ ਆ ਜਾਂਦਾ ਆ ਜਾਂਦਾ ਠੀਕ ਇਹਦੀ ਗਰੰਟੀ ਵਾਰੰਟੀ ਵੀ ਹੁੰਦੀ ਆ ਵੀਲ ਦੀ ਕੋਈ ਇਹ ਕਲਰ ਦੀ ਗਰੰਟੀ ਹੁੰਦੀ ਆ ਜੀ ਫਿਨਿਸ਼ ਦੀ ਗਰੰਟੀ ਹੁੰਦੀ 5 ਸਾਲ ਦੀ ਕੋਈ ਕਲਰ ਚ ਪ੍ਰੋਬਲਮ ਆਉਂਦੀ ਜਾਂ ਕੋਈ ਮੈਨੂਫੈਕਚਰਿੰਗ ਫਾਲਟ ਟੁੱਟਣ ਭੱਜਣ ਦੀ ਅਲੋਏ ਦੀ ਕੋਈ ਕੋਈ ਵੀ ਨਹੀਂ ਦਿੰਦਾ ਵੈਸੇ ਕਿਉਂਕਿ ਤੁਸੀਂ ਦੇਖਦੇ ਰਹਿੰਦੇ ਕੋਈ ਵੀ ਨਹੀਂ ਦਿੰਦਾ ਸੋ ਤੁਸੀਂ ਦੇਖ ਸਕਦੇ ਹੋ ਸੀਏਟ ਪਿਆ ਹਨਾ ਜੇਕੇ ਟਾਇਰ ਪਿਆ ਸਾਰੇ ਇੱਥੇ ਤੁਹਾਨੂੰ ਬ੍ਰਾਂਡ ਮਿਲ ਜਾਣਗੇ ਯੋਕੋਹਾਮਾ ਵਗੈਰਾ ਮਤਲਬ ਆਲਮੋਸਟ ਆਪਣੇ ਕੋਲ ਸਾਰੇ ਅਵੇਲੇਬਲ ਸਾਰੇ ਬ੍ਰਾਂਡ ਹੁੰਦੇ ਠੀਕ ਹੈ ਹੁਣ ਇੱਧਰ ਅੱਗੇ ਚੱਲੀਏ ਤੇ
ਇਹ ਜਿਹੜੇ ਅਲੋਏ ਆ ਗਏ ਆਗੇ ਬਲੈਰੋ ਲਈ ਓਰੀਜਨਲ ਹੱਬ ਤੇ ਫਿੱਟ ਹੁੰਦੇ ਵਿਦਆਊਟ ਸਪੇਸਰ ਜਿੱਦਾਂ ਸਕਾਰਪੀਓ ਆ ਗਈ ਪੁਰਾਣਾ ਮਾਡਲ ਉਹ ਚੀਜ਼ ਆ ਗਈ ਇਹ ਠੀਕ ਹੈ ਫਿਰ ਇਹ ਕਿੰਨੇ ਦਾ ਸੈੱਟ ਸ਼ੁਰੂ ਹੋ ਜਾਂਦਾ ਇਹ ਭਾਜੀ ਹੋ ਜਾਂਦਾ 28,000 ਤੋਂ ਲੈ ਕੇ ਤੇ 35,000 ਤੱਕ ਪੰਜ ਪੀਸ ਚੱਲਦਾ 5 ਪੀਸ ਬਾਈ ਤੇ ਇਹ ਜਿਹੜੇ ਤੁਸੀਂ ਗੱਲ ਕੀਤੀ ਇਹ ਕਿੰਨੇ ਦਾ ਹੋ ਜਾਂਦਾ ਇਹ ਭਾਜੀ ਜਿਹੜੇ 12 ਇੰਚੀ 13,000 ਤੋਂ ਸਟਾਰਟ ਹੋ ਕੇ 15,000 ਦੀ ਰੇਂਜ ਚੱਲ ਜਾਂਦੇ ਆ ਜਿਹੜੇ 13 ਇੰਚੀ ਉਹ 15,000 ਤੋਂ ਲੈ ਕੇ ਤੁਸੀਂ ਮੰਨ ਕੇ ਚੱਲੋ ਵੀ 17-18,000 ਤੱਕ ਵੇਰੀ ਕਿਉਂ ਕਰਦੇ ਆ ਡਿਜ਼ਾਈਨ ਦੇ ਹਿਸਾਬ ਨਾਲ ਇਹ ਵੇਰੀ ਕਰਦੇ ਭਾਜੀ ਇੱਕ ਤਾਂ ਡਿਜ਼ਾਈਨ ਦੇ ਹਿਸਾਬ ਨਾਲ ਇੱਕ ਕੰਪਨੀ ਮੈਟਰ ਕਰਦੀ ਬਹੁਤ ਜ਼ਿਆਦਾ ਠੀਕ ਹੈ ਕੰਪਨੀ ਇੱਕ ਹੁੰਦਾ ਇਹਨਾਂ ਦੀ ਵਿਡਥ ਜੀ ਅੱਛਾ ਉਹਦੇ ਨਾਲ ਉਹ ਵਿਡਥ ਕਰਕੇ ਉਹ ਵੇਰੀ ਕਰਦਾ ਰੇਟ ਪ੍ਰਾਈਸ ਵੇਰੀ ਕਰਦਾ ਠੀਕ ਹੈ ਬਾਕੀ ਬਾਈ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਟਾਇਰਸ ਪਏ ਨੇ ਸਾਰੇ ਬ੍ਰਾਂਡਡ ਟਾਇਰਸ ਨੇ ਲਾਈਕ ਤੁਹਾਨੂੰ ਇਹ ਵੀ ਮਿਲ ਜਾਣਗੇ ਸੀਟ ਦੇ ਹਰੇਕ ਸਾਈਜ਼ ਇੱਥੇ ਅਵੇਲੇਬਲ ਮਿਲ ਜੂਗਾ ਤੁਹਾਨੂੰ ਕਿਸੇ ਚੀਜ਼ ਦੇ ਨੇ ਇਧਰਲੇ ਬੰਨੇ ਸਾਰੇ ਯੂਜ਼ ਟਾਇਰ ਪਏ ਨੇ ਯੂਜ਼ ਟਾਇਰ ਵੀ ਇਹ ਬਾਈ ਹੈ ਇਹ ਲਾਈਕ ਕੋਈ ਖਰਾਬ ਜਾਂ ਕੁਝ ਇਦਾਂ ਦਾ ਹੁੰਦਾ ਕਿ ਨਹੀਂ ਯੂਜ਼ਡ ਟਾਇਰ ਕੋਈ ਵੀ ਆਪਣੇ ਤੋਂ ਤੁਸੀਂ ਬਾਏ ਕਰੋਗੇ ਹਰ ਤਰ੍ਹਾਂ ਦਾ ਯੂਜ਼ਡ ਅਲੋਏ ਵੀ ਟਾਇਰ ਵੀ ਓਰੀਜਨਲ ਅਲੋਏ ਜੇ ਤੁਹਾਨੂੰ ਕਿਸੇ ਕਾਰ ਦੇ ਚਾਹੀਦੇ ਆਪਣੇ ਕੋਲ ਯੂਜ਼ਡ ਉਹ ਵੀ ਹੁੰਦੇ ਆ ਜੀ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਯੂਜ਼ਡ ਟਾਇਰ ਦੀ ਆਪਾਂ 7 ਡੇਜ਼ ਦੀ ਗਰੰਟੀ ਦਿੰਦੇ ਹਾਂ ਕਿਉਂਕਿ ਇਹਦੀ ਕੋਈ ਆਪਾਂ ਮੈਨੂਫੈਕਚਰਿੰਗ ਗਰੰਟੀ ਨਹੀਂ ਦੇ ਸਕਦੇ 7 ਡੇਜ਼ ਦੀ ਜ਼ਰੂਰ ਆਪਾਂ ਗਰੰਟੀ ਦਿੰਦੇ ਹਾਂ ਜੇ ਕੋਈ ਪ੍ਰੋਬਲਮ ਆਉਂਦੀ ਕਸਟਮਰ ਨੂੰ ਪਾਉਣ ਤੋਂ ਬਾਅਦ ਤਾਂ ਚੇਂਜ ਕਰ ਸਕਦਾ ਕਰ ਸਕਦਾ ਠੀਕ ਹੈ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਣਾ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਸਾਰੇ ਲੇਟੈਸਟ ਡਿਜ਼ਾਈਨ ਨੇ ਜਿਹੜੇ ਕਿ ਵਾਲ ਤੇ ਲੱਗੇ ਹੋਏ ਨੇ ਇਸ ਟਾਈਮ ਜਿਹੜੇ ਕਿ ਲੇਟੈਸਟ ਚੱਲ ਰਹੇ ਨੇ ਬਾਈ ਕੋਲੇ ਉਹ ਵੀ ਸਾਰੇ ਇੱਥੇ ਅਵੇਲੇਬਲ ਨੇ ਤੇ ਬਾਈ ਜਿੱਦਾਂ ਹੁਣ ਇਹ ਵਾਲੇ ਡਿਜ਼ਾਈਨ ਲੱਗੇ ਸੀਗੇ ਇਹ ਕਿਹੜੀ ਗੱਡੀ ਦੇ ਇਹ ਕਿਹੜਾ ਸਾਈਜ਼ ਹੈ ਇਹ 16 ਇੰਚ ਭਾਜੀ ਸਵਿਫਟ ਵਾਸਤੇ 4 ਹੋਲ ਅਲੋਇਜ਼ ਹੈ ਸਾਰੇ ਤੇ ਇਹ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੇ ਆ ਇਹ ਭਾਜੀ ਸ਼ੁਰੂ ਹੋ ਜਾਂਦੇ 22,000 ਤੋਂ ਲੈ ਕੇ 30,000 ਤੱਕ ਰੇਂਜ ਜਾਂਦੀ ਹੈ ਰੇਂਜ ਜਾਂਦੀ ਹੈ ਤੇ ਇੱਧਰ ਆ ਜਾਈਏ ਤੇ ਬਾਈ ਤੁਸੀਂ ਇੱਧਰੋਂ ਦੇਖ 15 ਇੰਚ ਆ ਗਏ ਜੀ ਸਾਰੇ ਇੱਧਰੋਂ ਆ ਜਾਓ ਮੈਂ ਤੁਹਾਨੂੰ ਇੱਥੋਂ ਦਿਖਾ ਦਿੰਦਾ ਛੇ 15 ਇੰਚ ਆ ਗਏ ਇਹ 15 ਇੰਚ ਆ ਗਏ ਸਾਰੇ ਅਲੋਏ ਇਹ ਵੀ ਸਵਿਫਟ ਵਾਸਤੇ ਆ ਭਾਜੀ ਸਾਰੇ ਮਤਲਬ ਕਾਫੀ ਵਧੀਆ ਡਿਜ਼ਾਈਨ ਨੇ ਲੇਟੈਸਟ ਵਾਲੇ ਤੇ ਮਤਲਬ ਔਨ ਡਿਮਾਂਡ ਵੀ ਆਪਾਂ ਵੈਸੇ ਜੇ ਹਾਂਜੀ ਹਾਂਜੀ ਔਨ ਡਿਮਾਂਡ ਵੀ ਵੈਸੇ ਤਾਂ ਮਤਲਬ ਸਟਾਕ ਹੁੰਦਾ ਹੀ ਆਪਣੇ ਕੋਲੇ ਬਾਕੀ ਜੇ ਕੋਈ ਯੂਨੀਕ ਡਿਜ਼ਾਈਨ ਹੈ ਕੋਈ ਇੰਪੋਰਟ ਕਰਾਉਣਾ ਜਾਂ ਕੋਈ ਔਨ ਆਰਡਰ ਮੰਗਾਣਾ ਆਪਾਂ ਅਵੇਲੇਬਲ ਕਰਾ ਦਿੰਨੇ ਆ ਕਰਾ ਦਿੰਨੇ ਇਹ ਸਾਡੇ ਪਿੱਛੇ ਤੁਸੀਂ ਵਾਲ ਦੇਖ ਸਕਦੇ ਹੋ ਇਹ ਕਿਹੜੀ ਹੈ ਮਿਕਸ ਹੈ ਇਹ ਸਾਰੇ 16 ਇਹ ਦੋਨੋਂ ਲਾਈਨ 16 ਦੀ ਭਾਜੀ ਆ 17 ਦੇ ਕਿੰਨੇ ਲਾਈਨ ਹਾਂਜੀ ਇਹ ਬਾਈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਥੇ ਲਾਈਕ ਉਹ ਵੀ ਕਾਫੀ ਲੋਏ ਇਸ ਟਾਈਮ ਚੱਲ ਰਿਹਾ ਹੈ ਉਹ ਲਾਸਟ ਵਾਲਾ ਵੀ ਕਾਫੀ ਮਤਲਬ ਸਾਰੇ ਬਾਈ ਕੋਲੇ ਲੇਟੈਸਟ ਜਿਹੜੇ ਨੇ ਵੀ ਤੁਹਾਨੂੰ ਜ਼ਿਆਦਾ ਪਜ਼ਲ ਨਹੀਂ ਹੋਣਾ ਪਊਗਾ ਤੁਹਾਨੂੰ ਉਦੋਂ ਹੀ ਪਤਾ ਲੱਗ ਜੂਗਾ ਵੀ ਇਹ ਚ ਕਿਹੜਾ ਪਾਉਣਾ ਤੇ ਇਹ ਫਿਰ ਕਿੰਨੇ ਕੁ ਦੀ ਸ਼ੁਰੂ ਹੋ ਜਾਂਦੇ ਆ ਇਹ ਭਾਜੀ ਜਿਹੜੇ 16 ਇੰਚ ਲੋਏ ਆ ਇਹ 22,000 ਤੋਂ 30,000 ਦੀ ਰੇਂਜ ਚ ਆ ਕੇ ਜਿਹੜੇ 17 ਇੰਚੀ ਲੋਏ ਆ ਉਹ 25,000 ਤੋਂ 35,000 ਦੇ ਦੋਸਤੋ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਐਕਚੁਅਲ ਖਜ਼ਾਨਾ ਜਿਹੜਾ ਕਿ ਤੁਹਾਨੂੰ ਲੋੜ ਵੀ ਹੈਗੀ ਹੈ ਤੇ ਬਹੁਤ ਹੀ ਧਿਆਨ ਨਾਲ ਦੇਖਿਓ ਕਿਉਂਕਿ ਸਟਾਕ ਬਹੁਤ ਜ਼ਿਆਦਾ ਤੇ ਪਹਿਲੀ ਗੱਲ ਸ਼ੁਰੂ ਕਰ ਦੇਣਾ ਇੱਥੋਂ ਕਿ ਬਾਈ ਇਹ ਸਾਰੇ ਬਾਕਸ ਨੇ ਇਹਨਾਂ 'ਚ ਅਲੋਏ ਹੀ ਪਏ ਨੇ ਪਰ ਤੁਹਾਡੇ ਡਿਸਪਲੇ ਵਿੱਚ ਵੀ ਬਾਈ ਨੇ ਰੱਖਿਆ ਕਿਉਂਕਿ ਬਾਈ ਕੋਲ ਡਿਸਪਲੇ ਥੋੜੀ ਇਸ਼ੂ ਹੈ ਪਰ ਜਿਹੜੇ ਪ੍ਰਾਈਸ ਨੇ ਜਿਹੜਾ ਸਟਾਕ ਪਿਆ ਉਹ ਬਹੁਤ ਜੈਨੂਨ ਪਿਆ ਉਹ ਬਾਈ ਕਰਦੇ ਹਾਂ ਸ਼ੁਰੂ ਪਹਿਲੀ ਗੱਲ ਹੈ ਸਾਰੇ ਬ੍ਰਾਂਡਡ ਟਾਇਰ ਵੀ ਇੱਥੇ ਉੱਤੇ ਵੀ ਪਏ ਨੇ ਸਭ ਕੁਝ ਪਿਆ ਪਰ ਹੁਣ ਜਿਹੜਾ ਆਪਾਂ ਇੱਥੋਂ ਚੱਲ ਜਾਈਏ ਪਛਾਣ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਕਿ ਵੀ ਇਹ ਸਾਰੀ ਲਾਈਨ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਲੋਏ ਲੋਏ ਨੇ ਸਾਰੇ ਜਿਹੜੇ ਨੇ ਜਿਵੇਂ ਥੱਲੇ ਲੱਗੇ ਸੀ ਇਹ ਟ੍ਰੈਂਡਿੰਗ ਲੋਏ ਨੇ ਤੇ ਕਿਹੜੇ ਕਿਹੜੇ ਸਾਈਜ਼ ਨੇ ਕੀ ਸਿਸਟਮ ਹੈ ਬਾਈ ਪਹਿਲੀ ਤੇ ਗੱਲ ਆਪਾਂ ਲੋਏ ਦੇ ਨਾਲ ਨਾਲ ਟਾਇਰ ਵੀ ਦੱਸੀ ਜਾਵਾਂਗੇ ਠੀਕ ਹੈ ਹੁਣ ਇਹ ਕਿਹੜੇ ਇੰਚ ਨੇ ਇਹ 24 ਇੰਚ ਭਾਜੀ ਲਾਇਆ ਜੀ ਇਹ ਲੇਟੈਸਟ ਵਾਲਾ ਹੈ ਹਨਾ ਇਹ ਲੇਟੈਸਟ ਵਾਲਾ ਹੈ ਦੋਨੋਂ ਹੀ 24 ਦੋਵੇਂ 24 ਇੰਚ ਨੇ ਦੋ ਤਰ੍ਹਾਂ ਦੀ ਆਪਸ਼ਨ ਹੈ ਸਿਲਵਰ ਬਲੈਕ ਦੋਵੇਂ ਹੈਗੇ ਆ ਠੀਕ ਹੈ ਬਾਈ ਇਹ ਫਿਰ ਕਿਹੜੀ ਕਿਹੜੀ ਗੱਡੀ ਨੂੰ ਅੱਜਕੱਲ ਪੈ ਜਾਂਦੇ ਇਹ ਭਾਜੀ ਸਾਰੀਆਂ ਨੂੰ ਹੀ ਪੈ ਜਾਂਦੇ ਸਕਾਰਪੀਓ ਨੂੰ ਵੀ ਪੈ ਜਾਂਦੇ ਬਾਕੀ ਸਪੇਸਰ ਪਾ ਕੇ ਫੋਰਚੂਨਰ ਨੂੰ ਵੀ ਪੈ ਜਾਂਦੇ ਆ ਜੀ ਬਾਕੀ ਫੋਰਚੂਨਰ ਲਈ ਡਾਇਰੈਕਟ ਫਿਟਮੈਂਟ ਲਈ ਲੋਏ ਵੀ ਹੈਗੇ ਆ ਹਰ ਤਰ੍ਹਾਂ ਦਾ ਲੋਏ ਠੀਕ ਹੈ ਇਹ ਕਿੰਨੇ ਕਿ ਤੋਂ ਸ਼ੁਰੂ ਹੁੰਦੇ ਆ ਲੋਏ ਇਹ ਭਾਜੀ 80,000 ਤੋਂ ਲੈ ਕੇ 2,00,000 2.5 ਲੱਖ ਤੱਕ ਚੱਲ ਜਾਂਦੇ ਹਨ ਇਸ ਕਰਕੇ ਬਾਈ ਇਹ ਪ੍ਰਾਈਸਿੰਗ ਵੀ ਵਧਣੀ ਹੈ ਦੂਜੀ ਗੱਲ ਮੇਜਰ ਦੱਸ ਦਿੰਦਾ ਇਹ ਬਾਈ ਹੁਣੀ ਵੀ ਰეკਮੈਂਡ ਨਹੀਂ ਕਰਦਾ ਤੇ ਮੈਂ ਵੀ ਰეკਮੈਂਡ ਨਹੀਂ ਕਰਦਾ ਸਿਰਫ ਇਹ ਸ਼ੌਂਕ ਵਾਲੇ ਬੰਦੇ ਸ਼ੌਂਕ ਵਾਲੇ ਬੰਦੇ ਮਤਲਬ ਸ਼ੌਂਕ ਜਿਹਨੂੰ ਸ਼ੌਂਕ ਹੈ ਜੀ ਲੋਕਲ ਗੱਡੀ ਚੱਲਣੀ ਹੈ ਜਿਹਦੀ ਆਲਮੋਸਟ ਜਿਹਨੇ ਗੇੜੀ ਛੇੜੀ ਮਾਰਨੀ ਹੈ ਜਿਹਨੇ ਕੋਈ 100 ਤੋਂ ਥੱਲੇ ਥੱਲੇ ਚਲਾਉਣੀ ਹੈ ਉਹ ਪਾਵੇ ਠੀਕ ਹੈ ਕਿਉਂਕਿ ਇਹਦਾ ਟਾਇਰ ਦੀ ਪ੍ਰੋਫਾਈਲ ਬਹੁਤ ਘੱਟ ਜਾਂਦੀ ਹੈ ਹਨਾ ਤੇ 35 ਹਾਂ 35 ਰਹਿੰਦੀ ਪਰ ਬਾਕੀ ਇਹ ਸੋਹਣੇ ਬਹੁਤ ਲੱਗਦੇ ਆ ਮੈਂ ਵੀ ਦੱਸਦਾ ਕਿਉਂਕਿ ਮੈਂ ਵੀ ਬਾਈ ਪਾਏ ਹੁੰਦੇ ਸੀ ਪਰ ਹੁਣ ਲਵਾ ਦਿੱਤੇ ਆਪਾਂ 20 ਕਰਤੇ ਪਰ ਹੁਣ ਅਗਲੇ ਬੰਨੇ ਆ ਜਾਈਏ ਇਹ ਟਾਇਰ ਵੀ ਬਾਈ ਕੋਲੇ ਪਏ ਨੇ ਯੋਕੋਹਾਮਾ ਦੇ ਓਰੀਜਨਲ ਠੀਕ ਹੈ ਅੱਜ ਕੱਲ੍ਹ ਜਿਹੜਾ ਜਿਮਨੀ ਨੂੰ ਟਾਇਰ ਚੱਲ ਰਿਹਾ ਇਹ ਥੱਲੇ ਪਿਆ ਬਾਈ ਇਹ ਵਾਈਟ ਲੈਟਰਸ ਦੇ ਵਿੱਚ ਟਾਇਰ ਆਉਂਦਾ ਇਹ ਸਾਰਾ ਯੋਕੋਹਾਮਾ ਦਾ ਠੀਕ ਹੈ ਹਾਂ ਯੋਕੋਹਾਮਾ ਦਾ ਨਾ ਵਾਈਟ ਲੈਟਰਸ ਦੇ ਵਿੱਚ ਆਉਂਦਾ 235 75 15 ਟਾਇਰ ਦਾ ਸਾਈਜ਼ ਹੁੰਦਾ 235 75 15 ਉਹ 7500 ਤੋਂ ਲੈ ਕੇ 8500 ਤੱਕ 8800 ਤੱਕ ਮਿਲ ਜਾਂਦਾ ਵਿਦ ਗਰੰਟੀ ਵਾਰੰਟੀ ਵਿਦ ਗਰੰਟੀ ਠੀਕ ਹੈ ਉਹ ਚੀਜ਼ ਆ ਜਾਂਦੀ ਹੁਣ ਅਗਲੇ ਬੰਨੇ ਗੱਲ ਕਰ ਲਈਏ ਸਾਰੇ ਟਾਇਰ ਨੇ ਪਰ ਇਹ ਆ ਗਿਆ ਫੇਰ ਲੇਟੈਸਟ ਡਿਜ਼ਾਈਨ ਇਹ ਫੋਰਚੂਨਰ ਨੂੰ ਬਹੁਤ ਵਾਇਰਲ ਹੋਇਆ ਸੀ ਕਿਉਂਕਿ ਆਪਾਂ ਪੜਾ ਚਿਰਪਾ ਛੱਡਿਆ ਪਰ ਇਹ ਚ ਇੱਕ ਡਿਜ਼ਾਈਨ ਹੋਰ ਵੀ ਆਉਂਦਾ ਸਿਲਵਰ ਜੋ ਵੀ ਆਉਂਦਾ ਉਹ ਵੀ ਹੈਗਾ ਜੀ ਉਹ ਵੀ ਮਿਲ ਜੂਗਾ ਉਹ ਵੀ ਮਿਲ ਜੂਗਾ ਇਹ ਹੁਣ 20 ਇੰਚ ਆ ਗਏ ਇਹ 20 ਇੰਚ ਆ ਗਏ ਇਹ ਹੁਣ 20 ਆ ਗਏ ਇਹ ਵੀ ਕਾਫੀ ਚੱਲ ਰਿਹਾ
ਵਗੈਰਾ ਨੂੰ ਪੈਂਦਾ ਜੀ। ਠੀਕ ਹੈ, ਇਹ 55,000 ਤੋਂ 60,000 ਦੀ ਰੇਂਜ 'ਚ ਪੈ ਜਾਂਦਾ, ਬਾਕੀ 45 ਤੋਂ ਸਟਾਰਟਿੰਗ ਰੇਂਜ ਹੋ ਜਾਂਦੀ ਹੈ। ਆਹ ਵਾਲੇ ਕਿੰਨੇ ਕੁ ਦੇ ਨੇ? ਜਿਹੜੇ ਆਹ ਵਾਲੇ ਲੋਏ ਹੈ ਭਾਜੀ 50,000 ਤੋਂ ਲੈ ਕੇ ਤੇ 60,000 ਤੱਕ ਸ਼ੁਰੂ ਹੋ ਜਾਂਦੇ। ਠੀਕ ਹੈ, ਇਹ ਵੀ ਬਾਈ ਬਹੁਤ ਸੋਹਣਾ ਹੈ ਨਿਸ਼ਾਨ ਦੇ ਵਿੱਚ ਲੋਗੋ ਨੇ। ਇੱਕ ਚੀਜ਼ ਦੱਸਿਓ, ਟੋਇਟਾ ਦਾ ਲੋਗੋ ਲੱਗਿਆ ਹੁੰਦਾ, ਕੀ ਓਰੀਜਨਲ ਹੁੰਦਾ? ਨਹੀਂ, ਇਹ ਓਰੀਜਨਲ ਨਹੀਂ ਹੁੰਦਾ, ਆਫਟਰ ਮਾਰਕੀਟ ਹੈ, ਮਤਲਬ ਮਿਲ ਜਾਂਦਾ ਓਰੀਜਨਲ। ਇਹ ਮੇਨ ਫੋਕਸ ਇਹ ਕਰਦੇ ਆ ਮਤਲਬ ਮਜ਼ਬੂਤੀ ਤੇ, ਮਜ਼ਬੂਤੀ ਕਿਉਂਕਿ ਗੱਡੀ ਹੁੰਦੀ ਹੈਵੀ ਟੋਇਟਾ ਜਿੱਦਾਂ ਫੋਰਚੂਨਰ ਵਗੈਰਾ ਹੋ ਗਈ, ਇਹਨਾਂ ਲਈ ਸਪੈਸ਼ਲ ਆ ਜਾਂਦਾ। ਮਤਲਬ ਇਸ ਕਰਕੇ ਫਰਕ ਹੁੰਦਾ, ਹਾਂ ਇਹਦੇ ਹੋਲਸ ਦਾ ਫਰਕ ਹੁੰਦਾ। ਇਹ ਕਾਫੀ ਚੱਲ ਰਿਹਾ ਬਾਈ, ਕਿਉਂਕਿ ਆਪਾਂ ਹੁਣ ਇਹਨੂੰ 20 ਇੰਚ ਵੀ ਪਾਤਾ, ਇੱਧਰਲੇ ਬਣੇ ਆ ਜਾਈਏ ਥੋੜੇ ਵੱਡੇ ਸਾਈਜ਼ ਟਾਇਰਾਂ ਦੇ ਆ ਜਾਂਦੇ ਆ, ਇਹ ਵੀ ਕਾਫੀ ਚੱਲ ਰਿਹਾ ਜਿਵੇਂ ਬਾਈ ਦੱਸਿਆ। ਇਹ ਵੀ ਕਾਫੀ ਇਸ ਟਾਈਮ ਵਾਇਰਲ ਹੋਇਆ ਪਿਆ, ਗੱਡੀਆਂ ਨੂੰ ਬਰੀਜ਼ਾ ਵਗੈਰਾ ਨੂੰ ਕਾਫੀ ਪੈ ਰਿਹਾ ਹਨਾ, ਤੇ ਇਹ ਜਿਹੜਾ ਬਾਈ ਇਹ ਵੀ ਕਾਫੀ ਚੱਲ ਰਿਹਾ ਅੱਜ ਕੱਲ੍ਹ। ਇਹ ਅਲੋਏ ਬਹੁਤ ਚੱਲ ਰਿਹਾ ਜੀ, ਬਹੁਤ ਡਿਮਾਂਡਿੰਗ ਹੈ। ਆਪਾਂ ਸਵਿਫਟ ਦੇ ਜਿਹੜਾ ਨੀਚੇ ਹੁਣੇ ਫਿੱਟ ਕੀਤਾ ਉਹਦੇ ਨਾਲ ਦਾ ਸੇਮ ਹੈ, ਸਕੋਰਪੀਓ ਵਗੈਰਾ ਨੂੰ ਬਹੁਤ ਸੋਹਣਾ ਲੱਗਦਾ, ਸੋਹਣਾ ਲੱਗਦਾ। ਠੀਕ, ਇਹ ਹੈਗਾ 20 ਚ ਹੈ ਵੀ, ਇਹ 20 ਚ ਹੈ। ਇਹਦੀ ਕੋਈ ਪ੍ਰਾਈਸ? ਇਹ ਭਾਜੀ ਪੈ ਜਾਂਦਾ 45 ਤੋਂ 50 ਦੇ ਵਿੱਚ, ਮਤਲਬ ਉੱਥੇ ਕਿ ਜਾ ਜਾਂਦਾ। ਇਹ ਮੈਨਸੂਰੀ ਬੜਾ ਵਾਇਰਲ ਸੀਗਾ, ਇਹ ਵਾਇਰਲ। ਇਹ ਕਿੰਨੇ ਕਿਦਾ ਹੈ? ਇਹ ਭਾਜੀ 22 ਇੰਚ ਚ ਹੈ, ਫੋਰਚੂਨਰ ਲਈ, ਆਪਣੇ ਲਈ ਐਂਡੈਵਰ ਲਈ ਹੋ ਗਿਆ, ਜਾਂ ਫਿਰ ਪਜੈਰੋ ਵਾਸਤੇ ਸਾਰੀਆਂ ਗੱਡੀਆਂ ਨੂੰ ਪੈ ਜਾਂਦਾ। ਇਹ ਕਿੰਨੇ ਕਿਦਾ ਹੈ? ਇਹ ਭਾਜੀ ਪੈ ਜਾਂਦਾ, ਤੁਸੀਂ ਮੰਨ ਕੇ ਚੱਲੋ 70 ਤੋਂ ਲੈ ਕੇ 75,000 ਦੀ। ਇਹਦੀ ਖਾਸੀਅਤ ਦੱਸਦਾ, ਜਿਹੜਾ ਲੋਗੋ ਆ ਤੁਸੀਂ ਦੇਖ ਸਕਦੇ ਹੋ, ਸਟਿਲ ਰਹਿੰਦਾ, ਨਹੀਂ ਕੋਈ ਹਿੱਲਦਾ, ਸਟਿਲ ਰਹਿੰਦਾ। ਇਸ ਕਰਕੇ ਇਹਦੀ ਖਾਸੀਅਤ ਇਹ ਹੈ, ਇਹ ਵੀ ਕਾਫੀ ਚੱਲ ਰਿਹਾ, ਇਹਨੂੰ 5 ਸਪੋਕ ਕਹਿ ਦਿੰਦੇ ਹਾਂ ਆਪਾਂ। ਇਹ ਥੋੜ੍ਹਾ ਇਹ ਵੀ ਡਿਜ਼ਾਈਨ ਨਵਾਂ ਹੈ ਹਨਾ, ਇਹ ਵੀ ਨਵਾਂ ਬਲੈਕ ਮਿਲਿੰਗ ਵਾਲਾ ਲੋਏ ਹੁੰਦਾ ਜੀ, ਇਹ ਆਪਣਾ ਮਿਲਿੰਗ ਵਾਲਾ ਲੋਏ ਹੁੰਦਾ, ਇਹ ਥੋੜ੍ਹਾ ਕੋਸਟਲੀ ਹੁੰਦਾ ਹੈ। ਤੁਸੀਂ ਮੰਨ ਕੇ ਚੱਲੋ ਜੇ ਇਹ 50 ਤੋਂ ਲੈ ਕੇ ਤੇ 55,000 ਦੀ ਰੇਂਜ 'ਚ ਪੈਂਦਾ, ਮਿਲ ਜਾਂਦਾ। ਇਹ ਵੀ ਕਾਫੀ ਚੱਲ ਰਿਹਾ ਬਾਈ, ਇਸ ਕਰਕੇ ਪਿੱਛੇ ਥੋੜ੍ਹੇ ਕੰਪਨੀਆਂ ਦੇ ਬ੍ਰਾਂਡਿੰਗ ਦਾ ਫਰਕ ਹੈ, ਸਾਰੇ ਬ੍ਰਾਂਡ ਬਾਈ ਕੋਲ ਆਲਮੋਸਟ ਪਏ ਆ, ਸਾਰੇ ਲੋਏ ਨੇ। ਇਹ ਵੀ ਕਾਫੀ ਚੱਲ ਰਿਹਾ ਸਕੋਰਪੀਓ ਨੂੰ ਹਨਾ, ਇਹ ਸਕੋਰਪੀਓ ਐਨ ਵਾਸਤੇ ਚੱਲ ਰਿਹਾ ਜੀ। ਇਹ ਸਕੋਰਪੀਓ ਐਨ ਲਈ ਵੀ ਮਿਲ ਜੂਗਾ, ਨਾਰਮਲ S11 ਲਈ, ਕਲਾਸਿਕਲੀ ਸਾਰਿਆਂ ਲਈ ਅਵੇਲੇਬਲ ਹੈ। ਇਹ ਕਿੰਨੇ ਕਿਦਾ ਫਿਰ? ਇਹ ਭਾਜੀ 45 ਤੋਂ 50 ਦੇ ਰੇਂਜ 'ਚ। ਇੱਕ ਚੀਜ਼ ਇੱਥੇ ਕਲੀਅਰ ਕਰ ਦਿਓ ਕਿ ਸਾਰੇ ਲੋਏਸ ਪਏ ਨੇ ਹਨਾ, ਵੱਖਰੇ ਵੱਖਰੇ ਬ੍ਰਾਂਡਸ ਦੇ ਨੇ ਜਾਂ ਕਿੱਦਾਂ? ਇਹਨਾਂ ਦੀ ਗਰੰਟੀ ਕੀ ਹੁੰਦੀ? ਇਹਨਾਂ ਦੀ ਗਰੰਟੀ 5 ਸਾਲ ਦੀ ਹੁੰਦੀ ਜੀ, 5 ਇਅਰਸ ਦੀ ਹੁੰਦੀ ਹੈ, ਕਲਰ ਦੀ ਹੁੰਦੀ ਹੈ ਤੇ ਮੈਨੂਫੈਕਚਰਿੰਗ ਫਾਲਟ ਦੀ ਹੁੰਦੀ ਹੈ ਜੀ, ਬਾਕੀ ਟੁੱਟਣ ਭੱਜਣ ਦੀ ਕਿਸੇ ਲੋੜ। ਉਹ ਤਾਂ ਕੰਪਨੀ ਵੀ ਨਹੀਂ ਦਿੰਦੀ ਹਨਾ, ਇਹ ਤਾਂ ਬਾਈ ਕੰਪਨੀ ਦੇ। ਸਾਨੂੰ ਇੱਕ ਗੱਲ ਹੋਰ ਦਿਖਾ ਦਿੰਦਾ, ਇੱਥੇ ਨਾਲ ਆਪਾਂ ਪਿਸ ਕਰ ਚੱਲੇ, ਇਹ ਟਾਇਰ ਜਿਹੜੇ ਨੇ ਇਹ ਹੈਗੇ ਨੇ 80, ਇਹ 80 ਟਾਇਰ ਆ ਭਾਜੀ, ਇਹ ਥਾਰ ਨੂੰ ਚੱਲ ਰਿਹਾ, ਇਹ ਥਾਰ ਨੂੰ ਚੱਲ ਰਿਹਾ। ਜਿੱਦਾਂ ਨਵੀਂ ਥਾਰ ਆ ਰਹੀ ਹੈ, ਓਰੀਜਨਲ ਅਲੋਏ ਤੇ ਇੰਸਟਾਲ ਹੋ ਜਾਂਦੇ ਟਾਇਰ, ਬਾਕੀ ਸਕੋਰਪੀਓ ਨੂੰ ਪੈ ਜਾਂਦੇ, ਫੋਰਚੂਨਰ ਨੂੰ ਪੈ ਜਾਂਦੇ 18 ਇੰਚ ਦਾ। ਇਹ ਕਿੰਨੇ ਦਾ ਟਾਇਰ ਹੁੰਦਾ ਫਿਰ? ਇਹ ਭਾਜੀ 12,000 ਤੋਂ ਲੈ ਕੇ ਤੇ 20,000 ਤੱਕ ਰੇਂਜ ਜਾਂਦੀ, ਮਤਲਬ ਇਹ ਗਰੰਟੀ ਵਾਰੰਟੀ ਵਾਲੇ ਵੀ ਹੁੰਦੇ? ਇਹ ਗਰੰਟੀ ਵਾਰੰਟੀ ਮੈਕਸਿਸ ਮਿਲ ਜੂਗਾ ਜੀ, ਇਹਦੇ 'ਚ BF ਗੁਡਰਿਚ ਮਿਲ, ਸਾਰੇ ਮਿਲ ਜਾਣਗੇ। ਇਹ ਕੁਛ ਹੋਰ ਹੈ ਹਨਾ, ਇਹ ਭਾਜੀ 20 ਇੰਚ ਆ ਗਿਆ, ਚੌੜਾ ਟਾਇਰ ਆ ਗਿਆ, 285 ਚ ਆ ਗਿਆ ਜੀ ਇਹ। ਠੀਕ ਹੈ, ਇਹ ਟਾਇਰ ਚੌੜਾ ਹੁੰਦਾ, ਜਦੋਂ 20 ਇੰਚ 275 ਪੈ ਜਾਂਦਾ ਸਕੋਰਪੀਓ ਨੂੰ, 285 295, ਉਹ ਜਿਹੜਾ ਮਰਜ਼ੀ ਆਪਾਂ। ਇਹ ਕਿੰਨੇ ਕੁ ਦਾ ਫਿਰ ਟਾਇਰ ਦੇ ਰਹੇ ਹੋ? ਇਹ ਭਾਜੀ 11-12,000 ਦੀ ਰੇਂਜ 'ਚ ਟਾਇਰ। ਬਾਈ ਪ੍ਰਾਈਸਿੰਗ ਕਿਉਂ ਕਰ ਰਹੇ ਹਾਂ ਤੁਹਾਨੂੰ ਵੀ, ਤੁਹਾਨੂੰ ਵੀਡੀਓ 'ਚ ਪਤਾ ਲੱਗ ਜਾਏ, ਤੁਸੀਂ ਬਾਈ ਨੂੰ ਸਿੱਧਾ ਫੋਨ ਕਰੋ, ਉਹਨੇ ਕੁ ਪੈਸੇ ਲੈ ਕੇ ਉਹ, ਦੈਟਸ ਵਾਈ ਇੱਕ ਆਈਡੀਆ ਪ੍ਰਾਈਸ ਹੈ ਐਗਜੈਕਟ, ਵੀ ਐਗਜੈਕਟ ਨਹੀਂ ਹੈਗੀ। ਤੇ ਅਗਲੇ ਬੰਨੇ ਆ ਜਾਈਏ, ਇਹ ਵੀ ਬਾਈ ਨੇ ਦੱਸਿਆ ਇਹ 'ਚ ਤੁਹਾਨੂੰ ਬਲੈਕ ਵੀ ਮਿਲ ਜੂਗਾ। ਠੀਕ ਹੈ, ਥੋੜ੍ਹਾ ਜਿਹਾ ਇਹ ਵੀ ਕਾਫੀ ਚੱਲ ਰਿਹਾ, ਥੋੜ੍ਹੀ ਸਡਾਨ ਲੁੱਕ ਵਾਲਾ ਹੈ ਹਨਾ? ਹਾਂਜੀ ਹਾਂਜੀ, ਇਹ ਸਡਾਨ ਲੁੱਕ ਵਾਲਾ, ਇਹ ਲੋਏ ਯੂਨੀਕ ਹੈ, ਇਹ ਜ਼ਿਆਦਾ ਚੌੜਾ ਲੋਏ ਹੈ ਜੀ, ਜ਼ਿਆਦਾ ਚੌੜਾ ਲੋਏ ਦੀ। ਠੀਕ ਹੈ, ਜਿੱਦਾਂ ਕੋਈ ਕਸਟਮਰ ਡਿਮਾਂਡ ਕਰਦਾ ਸਾਨੂੰ ਟਾਇਰ ਬਾਹਰ ਚਾਹੀਦਾ ਥੋੜ੍ਹਾ ਜਿਹਾ, ਉਹ ਚੀਜ਼ ਦੀ ਬੈਸਟ ਚੀਜ਼ ਇਹ ਪੈ ਕਿਹੜੀ ਕਿਹੜੀ ਨੂੰ ਰਿਹਾ ਵੈ? ਇਹ ਸਾਰੀਆਂ ਨੂੰ ਪੈ ਜਾਂਦਾ, ਸਕੋਰਪੀਓ, ਫੋਰਚੂਨਰ, ਬਲੈਰੋ, ਸਾਰਿਆਂ ਨੂੰ ਆ ਜਾਂਦਾ। ਇਹ ਵੀ ਹਨਾ ਥੋੜ੍ਹਾ ਥੋੜ੍ਹਾ ਕ੍ਰੋਮ ਜਿਹਾ ਚ ਆ ਗਿਆ, ਇਹ ਗਨ ਮੈਟਲ ਟਾਈਪ ਚ ਆ ਗਿਆ ਜੀ, ਨਾ ਇਹ ਸਿਲਵਰ ਜਿਹਦਾ ਬਲੈਕ, ਯੂਨੀਕ ਜੀ ਲੁੱਕ ਦਿੰਦਾ ਲੋਏ। ਠੀਕ ਹੈ, ਇਹਦਾ ਅਲੱਗ ਜੀ ਚੀਜ਼ ਹੈ ਜੀ। ਠੀਕ ਹੈ, ਇਹ 5 ਸਪੋਕ ਆ ਗਿਆ, ਇਹ ਸਾਈਜ਼ ਮੈਨੂੰ ਲੱਗਦਾ ਇਹ ਵੱਡਾ ਹਨਾ ਬਾਈ, ਇਹ 22 ਇੰਚ ਜੀ, ਉਹ 20 ਸੀਗਾ, ਉਹ 20 ਸੀਗਾ ਜੀ, ਇਹ ਵੀ ਹਨਾ ਸੇਮ 20 ਆ ਗਿਆ ਫਿਰ ਹਨਾ। ਤੇ ਇਹ ਫਿਰ ਲਾਈਕ ਬਾਈ ਥੋੜ੍ਹਾ ਜਿਹਾ ਇਹਦਾ ਪ੍ਰਾਈਸਿੰਗ ਦਾ ਵੀ ਫਰਕ ਆ ਜਾਣਾ ਫਿਰ। ਇਹ 22 ਇੰਚ ਭਾਜੀ 60,000 ਤੋਂ ਸ਼ੁਰੂ ਹੋ ਕੇ ਤੇ 1,00,000 ਰੁਪਏ ਤੱਕ ਲੋਏ ਜਾਂਦਾ ਜੀ, ਮੰਨ ਕੇ ਚੱਲੋ ਵੀ 1,00,000 ਰੁਪਏ ਲੈ ਕੇ ਆਓ ਤੇ ਫਿਰ ਟਾਇਰ ਲੋਏ ਪਵਾ ਕੇ ਲੈ ਕੇ ਜਾਓ, ਜਿਹੜੀ ਗੱਲ ਹੈਗੀ ਆ। ਬਾਕੀ ਯੂਜ਼ਡ ਵੀ ਹੈਗੇ, ਘੱਟ ਪੈਸੇ 'ਚ ਵੀ ਬਾਈ ਪਾ ਦਿੰਦਾ, 22 ਇੰਚ ਚੌੜਾ ਟਾਇਰ ਆ ਗਿਆ, ਜਿੱਦਾਂ 305 ਪੈਂਦਾ ਫੋਰਚੂਨਰ ਵਗੈਰਾ ਨੂੰ, ਸਕੋਰਪੀਓ ਨੂੰ, ਤਾਂ ਇਹ ਥੋੜਾ ਜਿਹਾ ਚੌੜਾ ਆ ਜਾਂਦਾ, ਚੌੜਾ ਆ ਗਿਆ। ਠੀਕ ਹੈ, ਇਹ ਕਿੰਨੇ ਦਾ ਹੁੰਦਾ ਟਾਇਰ ਫਿਰ? ਇਹ ਭਾਜੀ ਮੰਨ ਕੇ ਚੱਲੋ ਵੀ ਤੁਸੀਂ 10,000 ਤੋਂ ਲੈ ਕੇ ਤੇ 16-17,000 ਦੀ ਰੇਂਜ ਤੱਕ ਜਾਂਦਾ। ਇਹ ਬਾਈ ਦੱਸ ਦਿੰਦਾ, ਕਲੀਅਰ ਕਰ ਦਿੰਦਾ ਨਾਲ ਹੀ ਪਹਿਲਾਂ ਕਿ ਇਹ ਜਿੰਨੇ ਵੀ ਟਾਇਰ ਦੱਸੇ ਜਾ ਰਹੇ ਆ 20 ਇੰਚ ਇੰਡੀਆ ਦੇ ਵਿੱਚ ਮੈਨੂਫੈਕਚਰਿੰਗ ਨਹੀਂ ਆਉਂਦੀ ਲੋਏ ਦੀ, ਕਿਸੇ ਗੱਡੀ ਨੂੰ 20 ਇੰਚ ਲੋਏ ਨਹੀਂ ਆਉਂਦੇ, ਦੈਟਸ ਵਾਈ ਕਿ ਕੰਪਨੀਆਂ ਇੱਥੇ 20 ਇੰਚ ਟਾਇਰ ਨਹੀਂ ਦਿੰਦੀਆਂ। ਟਾਇਰ ਇਹ ਬ੍ਰਾਂਡਿਡ ਹੀ ਹੁੰਦੇ ਆ, ਕਿਸੇ ਹੋਰ ਕੰਟਰੀ ਦਾ ਬ੍ਰਾਂਡ ਹੁੰਦਾ, ਠੀਕ ਹੈ, ਤਾਂ ਕਰਕੇ ਇਹ ਉੱਥੋਂ ਲਿਆ ਕੇ ਇੱਥੇ ਸੇਲ ਕਰਦੇ ਆ ਤੁਹਾਡੀ ਡਿਮਾਂਡ ਲਈ, ਇਸ ਕਰਕੇ ਇਹਦੀ ਗਰੰਟੀ ਵਾਰੰਟੀ ਨਹੀਂ ਮਿਲਦੀ। ਬਾਕੀ ਇਹ ਕੰਪਨੀ ਦੇ ਟਾਇਰ ਹੀ ਹੁੰਦੇ ਆ, ਇਹਨੂੰ ਚਾਈਨੀਜ਼ ਟਾਇਰ ਵੈਸੇ ਕਿਹਾ ਜਾਂਦਾ, ਕਿਉਂਕਿ ਕਈ ਵਾਰੀ ਕਿਸੇ ਹੋਰ ਕੰਟਰੀ 'ਚ ਆਉਂਦੇ, ਬਟ ਐਕਚੁਅਲ ਚਾਈਨੀਜ਼ ਟਾਇਰ ਆਉਂਦੇ ਹੁੰਦੇ ਸੀ, ਉਹ ਅੱਜ ਕੱਲ੍ਹ ਆਉਣੇ ਬੰਦ ਹੋ ਗਏ ਆ, ਅਤੇ ਉਹਦਾ ਚੱਕਰ ਨਹੀਂ।
40,000 ਤੋਂ ਲੈ ਕੇ ਤੇ 60,000 ਤੱਕ ਵੇਰੀ ਕਰਦਾ 20 ਇੰਚ 22 ਇੰਚ ਕਿੰਨਾ ਬਣਦਾ ਠੀਕ ਹੈ ਇਹ 22 ਇੰਚ ਪਲਾਟੀ ਦਾ ਵੀ ਮਿਲ ਜੂਗਾ ਜੀ ਠੀਕ ਹੈ ਇਹ ਵੀ ਆ ਗਿਆ ਚੱਲਦਾ ਥਾਰ ਇਹ ਹਾਂ ਕਾਫੀ ਵਧੀਆ ਲੱਗਦਾ ਥਾਰ ਨੂੰ ਸੋਹਣਾ ਲੱਗਦਾ ਹਨਾ ਇਹ ਕਿੰਨੇ ਦਾ ਸੈਟਅਪ ਹੈ ਫਿਰ ਇਹ ਭਾਜੀ 22 ਇੰਚ ਪੈ ਜਾਂਦਾ 90,000 ਤੋਂ ਲੈ ਕੇ ਤੇ 1,10,000 ਤੱਕ 5 ਪੀਸ ਪੈ ਜਾਂਦਾ ਠੀਕ ਹੈ ਬਾਕੀ ਭਾਈ ਇਧਰ ਹੋਰ ਵੀ ਟਾਇਰ ਹੈਗੇ ਇਹ ਯੋਕੋਹਾਮਾ ਦੇ ਪਏ ਲੱਗਦੇ ਓਰੀਜਨਲ ਹਨਾ ਆ ਮਿਚਲਨ ਆ ਗਿਆ ਜੀ ਇਹ ਮਿਚਲਨ ਆ ਗਿਆ ਅੱਛਾ ਮਿਚਲਨ ਦਾ ਟਾਇਰ ਫਿਰ ਲਾਈਕ ਇੰਡੀਆ ਦੀ ਨੰਬਰ 1 ਕੰਪਨੀ ਹੈ ਵੈਸੇ ਵਰਲਡ ਦੀ ਹੋਈ ਹੈ ਇਹਦੇ ਜਿੰਨੇ ਸੇਫ ਟਾਇਰ ਤੇ ਵਧੀਆ ਜਿਹੜੇ ਨੇ ਉਹ ਕਿਸੇ ਕੰਪਨੀ ਦੇ ਨਹੀਂ ਆਉਂਦੇ ਪਰ ਇਹ ਟਾਇਰ ਮਹਿੰਗਾ ਹੁੰਦਾ ਹਨਾ ਥੋੜਾ ਜਿਹਾ ਮਹਿੰਗਾ ਹੁੰਦਾ ਟਾਇਰ ਜਿੱਦਾਂ ਸਪੋਜ਼ ਕਰੋ ਫੋਰਚੂਨਰ ਦਾ ਓਰੀਜਨਲ 17 ਇੰਚ ਸਾਈਜ਼ ਆ ਹੁਣ ਨਵੀਂ ਜਿਹੜੀ ਸਕੋਰਪੀਓ ਉਹ ਸੌਰੀ ਫੋਰਚੂਨਰ ਆ ਉਹਨੂੰ 18 ਇੰਚ ਆਂਦਾ ਜੀ ਠੀਕ ਹੈ ਜਿਹੜਾ 17 ਇੰਚ ਆ 14 ਤੋਂ 15,000 ਦਾ ਜਿਹੜਾ 18 ਇੰਚ ਫਰਕ ਆ ਜਾਂਦਾ ਕੋਸਟਲੀ ਹੋ ਇਸ ਕਰਕੇ ਭਾਈ ਪ੍ਰਾਈਸਿੰਗ ਥੋੜਾ ਇਸ਼ੂ ਹੈਗਾ ਇਸ ਕਰਕੇ ਧਿਆਨ ਰੱਖਿਓ ਬਾਕੀ ਯੋਕੋਹਾਮਾ 20 ਇੰਚ ਉਹ ਵੀ ਬਾਈ ਕੋਲੇ ਮਿਲ ਜੂਗਾ ਕੋਈ ਆਲਮੋਸਟ ਬਾਈ ਦੱਸਦੇ ਸੀ ਕਿੰਨੇ ਦਾ ਮਿਲ ਜਾਂਦਾ ਯੋਕੋਹਾਮਾ 20 ਇੰਚ ਆਪਾਂ ਨੂੰ ਮਿਲ ਜੂਗਾ ਭਾਜੀ 18,000 ਤੋਂ ਲੈ ਕੇ 22-23,000 22-23,000 ਠੀਕ ਹੈ ਤੇ ਇੱਧਰ ਭਾਈ ਇਹ ਚੀਜ਼ ਆ ਜਾਂਦੇ ਆ ਬਾਕੀ ਤੁਹਾਨੂੰ ਥੱਲੇ ਅਸੀਂ ਹੁਣ ਇੱਕ ਮੇਜਰ ਦਿਖਾਉਂਦੇ ਹਾਂ ਜਿੱਥੇ ਕਿ ਜੀਪਾਂ ਵਗੈਰਾ ਦੇ ਸਾਰੇ ਟਾਇਰ ਪਏ ਆ ਇੱਕ ਬਾਈ ਨੇ ਫਿਊਲ ਓਰੀਜਨਲ ਫਿੱਟ ਕੀਤੇ ਹੋਏ ਵੀ ਹੈਗੇ ਦੋਸਤੋ ਹੁਣ ਚੱਲਦੇ ਹਾਂ ਥੱਲੇ ਜਿਹੜਾ ਬਾਈ ਨੇ ਇੱਕ ਗੱਡੀ ਨੂੰ ਥਾਰ ਨੂੰ ਫਿੱਟ ਵੀ ਕੀਤੇ ਹੋਏ ਆ ਕਿਸੇ ਕਸਟਮਰ ਦੀ ਸੀਗੀ ਆਓ ਭਾਈ ਚੱਲਦੇ ਹਾਂ ਮੈਂ ਥੋੜੇ ਟਾਇਰ ਬਾਈ ਕਢਵਾਏ ਨੇ ਵੀ ਜਾਈ ਵੀ ਇੱਥੇ ਤੁਹਾਨੂੰ ਦਿਖਾ ਦਈਏ ਪਹਿਲੇ ਦੇ ਗੱਲ ਆਪਾਂ ਟਾਇਰਾਂ ਦੀ ਗੱਲ ਕਰ ਲਈਏ ਹਨਾ ਇਹ ਕਿਹੜਾ ਟਾਇਰ ਆ ਗਿਆ ਉਹੀ ਜਿਹੜੇ ਆਪਾਂ ਗੱਲ ਕਰਦੇ ਸੀ ਹਾਂਜੀ ਇਹ ਭਾਜੀ ਜੋਂਗੇ ਵਾਲਾ ਜੋਂਗੇ ਵਾਲਾ ਟਾਇਰ ਆ ਗਿਆ ਇਹ ਕਿੰਨੇ ਦਾ ਹੁੰਦਾ ਇਹ ਭਾਜੀ ਪੈ ਜਾਂਦਾ 3800 ਤੋਂ ਲੈ ਕੇ 4200 ਦੀ ਰੇਂਜ ਤੇ ਆਪਾਂ ਡਿਲੀਵਰੀ ਵਗੈਰਾ ਵੀ ਦੇ ਦਿੰਦੇ ਆ ਟਾਇਰਾਂ ਦੀ ਹਾਂਜੀ ਹਾਂਜੀ ਮਤਲਬ ਕੋਰੀਅਰ ਕੋ ਚਾਵੇ ਕੋ ਦੂਰ ਨੇੜਾ ਉਹ ਵੀ ਕਰ ਦਿੰਦੇ ਆ ਸਾਰੀ ਡਿਲੀਵਰੀ ਆਪਣੀ ਅਵੇਲੇਬਲ ਠੀਕ ਹੈ ਇਹ ਭਾਈ ਬੜਾ ਫੇਮਸ ਟਾਇਰ ਹੈ ਜੀਪ ਨੂੰ ਪਾਇਆ ਵੀ ਸੋਹਣਾ ਲੱਗਦਾ ਕਿਉਂਕਿ ਥੋੜੀ ਜਿਹੀ ਚੌੜਾ ਲੱਗਦਾ ਬਹੁਤ ਸਾਰੇ ਲੋਕ ਅੱਜ ਕੱਲ ਪਾਉਣ ਲੱਗ ਗਏ ਇਸ ਕਰਕੇ ਇਹ ਟਾਇਰ ਵੀ ਆਉਂਦਾ ਜਿਹੜਾ ਤੁਸੀਂ ਟਰਾਈ ਕਰ ਸਕਦੇ ਹੋ ਦੂਜਾ ਆ ਜੀਏ ਇਹ ਆ ਗਿਆ ਪ੍ਰੋਪਰ ਐਮਟੀ ਇਹ ਆਪਣਾ 33 ਇੰਚ ਆ ਗਿਆ ਭਾਜੀ ਇਹ 33 ਇੰਚ ਆ ਗਿਆ ਠੀਕ ਹੈ ਪੁਰਾਣਾ ਮਾਡਲ ਮੋਸਟਲੀ ਥਾਰ ਹੋਗੀ ਜੀਪ ਹੋਗੀ ਉਹਨੂੰ ਬਹੁਤ ਪਿਆ ਸਟੀਲੀ ਵੀਲ ਤੇ ਲਾਈ ਬਹੁਤ ਚੱਲਦਾ ਮਤਲਬ ਇਹ ਭਾਈ ਕਿੰਨੇ ਦਾ ਹੁੰਦਾ ਫਿਰ ਟਾਇਰ ਇਹ ਭਾਜੀ ਪੈ ਜਾਂਦਾ 13,000 ਦੀ ਰੇਂਜ ਤੋਂ ਲੈ ਕੇ ਤੇ 15-16,000 ਦੀ ਰੇਂਜ ਤੱਕ ਪਰ ਟਾਇਰ ਪੈ ਇਹਦੀ ਕੋ ਵਾਰੰਟੀ ਇਹਦੀ 5 ਇਅਰਸ ਦੀ ਹੁੰਦੀ ਮੈਨੂਫੈਕਚਰਿੰਗ ਦੀ ਮੈਨੂਫੈਕਚਰਿੰਗ ਹੁੰਦੀ ਹੈ ਬਾਕੀ ਪ੍ਰਾਈਸ ਜਿਹੜੀ ਹੈ ਵੇਰੀ ਕਰ ਸਕਦੀ ਹੈ ਘਟਦੀ ਵਧਦੀ ਹੈ ਘਟਦੀ ਵਧਦੀ ਹੈ ਪਹਿਲਾਂ ਕਲੀਅਰ ਕਰ ਦਿੰਦੇ ਠੀਕ ਹੈ ਹੁਣ ਅਗਲੇ ਬੰਨੇ ਆ ਜਾਓ ਜਿਹੜਾ ਕਿ ਇਸ ਟਾਈਮ ਕਾਫੀ ਵਾਇਰਲ ਰਿਹਾ ਟਾਇਰ ਇਹ ਜਿਹੜਾ ਇਹ ਟਰੈਕਟਰ ਨੂੰ ਵੀ ਪੈਂਦਾ ਇਹ ਟਰੈਕਟਰ ਨੂੰ ਵੀ ਪੈ ਜਾਂਦਾ ਭਾਜੀ ਜੀਪਾਂ ਨੂੰ ਵੀ ਪੈਂਦਾ ਟਾਇਰ ਇਹ 2 ਫੁੱਟਾ ਟਾਇਰ ਕਹਿੰਦੇ ਇਹਨੂੰ ਭਾਜੀ ਵੈਸੇ ਤੇ ਇਹਦਾ ਸਾਈਜ਼ ਹੁੰਦਾ 17 ਇੰਚ ਜੀ ਠੀਕ ਹੈ ਮਤਲਬ ਰਿਮ ਸਾਈਜ਼ 17 ਇੰਚ ਇਹਦੇ ਲਈ ਰਿਮ ਵੀ ਸਪੈਸ਼ਲ ਹੁੰਦਾ ਜੀ ਠੀਕ ਹੈ ਉਹ ਮਤਲਬ ਵੱਡਾ ਹੁੰਦਾ ਰਿਮ ਫਿਰ ਇਹ ਕਿੰਨੇ ਦਾ ਮਿਲ ਜਾਂਦਾ ਫਿਰ ਇਹ ਭਾਜੀ 12,500 ਤੋਂ ਲੈ ਕੇ 13,000 ਦੀ ਰੇਂਜ ਦੇ ਵਿੱਚ ਪਰ ਟਾਇਰ ਮਿਲਦਾ ਜੀ ਤੇ ਇਹ ਮਤਲਬ ਭਾਵੇਂ ਕੋਈ ਜੀਪ ਨੂੰ ਪਾ ਲੈ ਤੇ ਭਾਵੇਂ ਜੀਪ ਨੂੰ ਭਾਵੇਂ ਟਰੈਕਟਰ ਨੂੰ ਇਹਦੇ 'ਚ 2-3 ਕੰਪਨੀ ਆਉਂਦੀ ਹੈ MRL ਹੋਊਗੀ BKT ਹੋਊਗੀ ਉਸ ਹਿਸਾਬ ਨਾਲ ਪ੍ਰਾਈਸ ਵੇਰੀ ਕਰਦਾ ਠੀਕ ਹੈ ਇਹ ਵੀ ਚੀਜ਼ ਹੈਗੀ ਹੈ ਭਾਈ ਬਾਈ ਕੋਲੇ ਦੂਜਾ ਇਹ ਵੀ ਕਾਫੀ ਫੇਮਸ ਅੱਜ ਕੱਲ ਛੋਟਾ ਲੋਕ ਅਗਲੇ ਬਨੇ ਪਾਉਣ ਲੱਗ ਗਏ ਮੇਲੇ ਮੁਲੇ ਜਾਣਾ ਬਿਲਕੁਲ 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 ਇਹ ਕਿੰਨੇ ਦਾ ਹੁੰਦਾ ਇਹ ਭਾਜੀ ਸਸਤਾ ਹੀ ਹੁੰਦਾ ਇਹ 15-16,100 ਦੀ ਰੇਂਜ ਹੀ ਆ ਜਾਂਦਾ ਟਾਇਰ ਹਾਂਜੀ ਠੀਕ ਹੈ ਮਤਲਬ ਹੈਗੇ ਨਾਨ ਬ੍ਰਾਂਡਡ ਆ ਇਹ ਆ ਨਾਨ ਬ੍ਰਾਂਡਡ ਇਹ ਸਾਰੇ ਇੰਪੋਰਟਡ ਹੁੰਦੇ ਆ ਇਹ ਵੀ ਜੀਪ ਦਾ ਟਾਇਰ ਆ ਸੈਂਡ ਮੱਡ ਵਾਲਾ ਟਾਇਰ ਚੱਲਦਾ ਜੀ ਜੀਪ ਨੂੰ ਲੱਗਦਾ ਜੀ ਇਹ ਕਾਫੀ ਇਹਦੇ ਨਾਲ ਨਾ ਜੀਪ ਐ ਲੱਗਦੀ ਆ ਵੀ ਜਿਵੇਂ ਨਾ ਲਾਈਕ ਵੀ ਆਰਮੀ ਵਾਲੀ ਹੋਏ ਆਰਮੀ ਆਰਮੀ ਟਾਈਪ ਲੁੱਕ ਖਤਰਨਾਕ ਜੀ ਖਤਰਨਾਕ ਜੀ ਉਹਨੇ ਪਾ ਕੇ ਬਹੁਤ ਫੇਮਸ ਤੇ ਬਹੁਤ ਜ਼ਿਆਦਾ ਟਾਇਰ ਵਿਕਦਾ ਜੀ ਇਹ ਕਿੰਨੇ ਦਾ ਇਹ ਭਾਜੀ 3800 ਤੋਂ ਲੈ ਕੇ 4200 ਦੀ ਰੇਂਜ ਤੱਕ ਆ ਜਾ। ਕੀ ਪਤਾ ਇਹ ਵੀ ਚੀਜ਼ ਬਾਈ ਤੁਹਾਨੂੰ ਮਿਲ ਜੂਗੀ। ਅਗਲੇ ਬੰਨੇ ਗੱਲ ਆ ਜਾਂਦੀ ਇੱਕ ਹੋਰ ਟਾਇਰ ਜਿਹੜਾ ਇਹ ਆਪਾਂ ਤੇ ਹੋਰ ਆ ਜੀਏ ਤੇ ਹੋਰ ਇੱਕ ਆ ਐਮਟੀ ਟਾਇਰ ਆ ਗਿਆ ਜਿੱਦਾਂ ਇਹ ਥੋੜਾ ਘੱਟ ਚੌੜਾ ਆ ਗਿਆ ਹਨਾ। ਹਾਂਜੀ ਇਹ ਸਟੀਲ ਵੀਲ ਤੇ ਫਿੱਟ ਹੈ ਜੀ। ਠੀਕ ਹੈ। ਇਦਾਂ ਸਟੀਲੀ ਵੀਲ ਤੇ ਫਿੱਟ ਹੋ ਜਾਂਦੇ ਟਾਇਰ ਜੀ। ਸਟੀਲ ਵੀਲ ਵੀ ਆਪਣੇ ਕੋਲੇ ਅਵੇਲੇਬਲ ਹੁੰਦੇ ਆ। ਉਹ ਰੇਂਜ ਕਰ ਜਾਂਦੇ ਆ ਤੁਸੀਂ ਮੰਨ ਕੇ ਚੱਲੋ 16,000 ਤੋਂ ਲੈ ਕੇ ਤੇ 18-19,000 ਦੇ 5 ਪੀਸ। 5 ਪੀਸ ਤੇ ਇਹ ਟਾਇਰ ਦਾ ਸਾਈਜ਼ ਇਹ ਟਾਇਰ 31 ਨੰਬਰ ਹੈ ਜੀ। 31-10-50-15 ਜਿਹੜਾ ਸਭ ਤੋਂ ਫੇਮਸ ਆਪਣਾ ਸਾਈਜ਼ ਹੈ। ਆਲਮੋਸਟ ਜ਼ਿਆਦਾ ਇਹੀ ਵਿਕਦਾ ਜੀ। ਜੀਪ ਨੂੰ ਛੋਟੀ ਵੱਡੀ ਜੀਪ ਨੂੰ ਸਾਰੇ ਨੂੰ ਜਿਹੜੀ ਜਿਹਦਾ ਕਹਿ ਲੋ ਕਮਾਂਡਰ ਹੁੰਦੀ ਸੀ ਜਾਂ ਦੂਜੀ ਹਾਂ ਉਹਨਾਂ ਨੂੰ ਇਹ ਪੈਂਦਾ ਜਾਂ ਪੁਰਾਣੀ ਥਾਰ ਹੋ ਗਈ ਉਹਨਾਂ ਹਾਂ ਉਹਨੂੰ ਵੀ ਪੈ ਜਾਂਦਾ ਮਤਲਬ ਜੈਨੂਇਨ ਜਿਹਾ ਸਾਈਜ਼ ਹੈ ਇਹ। ਹਾਂਜੀ ਇਹ ਵੀ ਬਾਈ ਕੋਲੇ ਮਿਲ ਜੂਗਾ ਤੁਹਾਨੂੰ ਅਗਲੇ ਬੰਨੇ। ਅੱਛਾ ਇਹ ਕਿਹੜਾ ਹੈ? ਇਹ ਕੰਪੋਜ਼ਰ ਦਾ ਟਾਇਰ ਆ ਗਿਆ ਜਿਹੜਾ ਉੱਪਰ ਵਿਖਾਇਆ ਸੀ ਆਪਾਂ। ਹਾਂਜੀ ਹਾਂਜੀ ਇਹ ਕਿਹੜੀ ਗੱਡੀ ਨੂੰ ਪੈ ਜਾਂਦਾ ਵਾ ਇਹ? ਭਾਜੀ ਥਾਰ ਨੂੰ ਪੈ ਜਾਂਦਾ, ਨਵੀਂ ਨੂੰ, ਜੀਪ ਨੂੰ ਪੈ ਜਾਂਦਾ ਜੀ, ਸਕੋਰਪੀਓ ਨੂੰ ਪੈ ਜਾਂਦਾ, ਫੋਰਚੂਨਰ ਨੂੰ ਪੈ ਜਾਂਦਾ, ਸਾਰੀਆਂ ਨੂੰ ਪੈ ਜਾਂਦਾ ਜੀ। ਕੀ ਬਾਤ ਹੈ। ਇਹ ਬਾਕੀ ਕਸਟਮਰ ਜਿੱਦਾਂ ਦੀ ਡਿਮਾਂਡ ਹੋਵੇ, ਕਈ ਹੁਣ ਫੋਰਚੂਨਰ ਤੇ ਵੀ ਆਫਰੋਡਿੰਗ ਕਰਦੇ ਆ ਜੀ, ਆਫਰੋਡਿੰਗ ਟਾਇਰ ਮੰਗਦੇ ਆ ਤਾਂ ਉਹਨਾਂ ਲਈ ਇਹ ਚੀਜ਼ ਬੈਸਟ ਹੈ ਜੀ। ਇਹ 18 ਇੰਚ 'ਚ ਹੀ ਆਉਂਦਾ ਹੈ। ਇਹ 18 ਇੰਚ 'ਚ ਆ ਗਿਆ ਜੀ। ਇਹ ਕੰਪੋਜ਼ਰ ਆ ਗਿਆ ਜੀ, ਇਹ 'ਚ ਕੰਪਨੀ ਰੋਡ ਕਰੂਜ਼ਾ ਵੀ ਮਿਲ ਜੂਗੀ। ਤੇ ਇਹ ਬਾਹਰ ਵਾਲੀਆਂ ਕੰਪਨੀਆਂ ਨੇ ਹਨਾ ਵੈਸੇ? ਇਹ ਬਾਹਰ ਵਾਲੀਆਂ ਕੰਪਨੀਆਂ। ਇਹਨਾਂ ਦੀ ਗਾਰੰਟੀ ਵਾਰੰਟੀ ਕੋਈ? ਇਹਨਾਂ ਦੀ ਮੈਨੂਫੈਕਚਰਿੰਗ ਫਾਲਟ ਦੀ ਗਾਰੰਟੀ ਹੁੰਦੀ ਪੈ ਜੇ, ਵੈਸੇ ਪਿੱਛੋਂ ਕੋਈ ਗਾਰੰਟੀ ਆਉਂਦੀ ਨਹੀਂ। ਮਤਲਬ ਕੋਈ ਮਾੜਾ ਮੋਟਾ ਕੋਈ ਫਾਲਟ ਪੈ ਜੇ ਤਾਂ ਉਹ ਆਪਾਂ ਕਰ ਦਈਦਾ ਠੀਕ ਹੈ। ਬਾਕੀ ਕਟਨ ਫਟਨ ਦੀ ਇਹਨਾਂ ਦੀ ਗਾਰੰਟੀ ਨਹੀਂ ਹੁੰਦੀ। ਇਹ ਥੋੜਾ ਜਿਹਾ
ਠੀਕ ਹੈ ਲੀਕ ਉੱਡ ਜੂਗੀ ਵੀ ਪਤਾ ਲੱਗ ਜੂਗਾ ਵੀ ਟਾਇਰ ਯੂਜ਼ ਦਾ ਬਿਲਕੁਲ ਹੈ ਨਾ ਇੱਥੋਂ ਇਹ ਚੀਜ਼ ਪਤਾ ਲੱਗ ਜਾਂਦੀ ਹੈ ਦੂਜੀ ਇੱਕ ਮੇਜਰ ਗੱਲ ਦੱਸਦਾ ਹੋਰ ਆਹ ਦੇਖੋ ਟਾਇਰ ਖਤਮ ਹੋਇਆ ਕਿਵੇਂ ਪਤਾ ਲੱਗਦਾ ਇਹ ਐਰੋ ਬਣਿਆ ਹੋਇਆ ਇੱਕ ਠੀਕ ਹੈ ਜਦੋਂ ਇਹ ਟਾਇਰ ਦੀ ਗੁੱਟੀ ਇਸ ਐਰੋ ਤੱਕ ਚਲੀ ਜਾਂਦੀ ਤਾਂ ਫਿਰ ਤੁਸੀਂ ਇਹ ਸਮਝ ਲਿਓ ਇਹਦੇ 'ਚ ਵੀ ਹੈਗਾ ਹੈ ਨਾ ਫਿਰ ਤੁਸੀਂ ਇਹ ਸਮਝ ਲਿਓ ਕਿ ਇਹ ਟਾਇਰ ਖਤਮ ਹੋ ਗਿਆ ਤੁਹਾਨੂੰ ਟਾਇਰ ਚੇਂਜ ਕਰਨ ਦੀ ਲੋੜ ਪੈ ਜਾਣੀ ਹੈ ਠੀਕ ਹੈ ਇਸ ਕਰਕੇ ਇਹ ਥੋੜ੍ਹੇ ਜਿਹੇ ਤੁਹਾਨੂੰ ਟੈਕਨੀਕਲ ਚੀਜ਼ਾਂ ਦੱਸ ਦਿੰਦਾ ਇਹ ਚੀਜ਼ ਆ ਗਈ ਟਰੈਕਟਰ ਦੇ ਰਿਮ ਪਏ ਭਾਅ ਜੀ ਜਿੱਦਾਂ ਕਿਸੇ ਨੇ ਚੌੜਾ ਟਾਇਰ ਪਾਣਾ ਟਰੈਕਟਰ ਨੂੰ 3 ਲਾਈਨ ਵਾਲਾ 4 ਲਾਈਨ ਵਾਲਾ ਤਾਂ ਰਿਮ ਚੇਂਜ ਕਰਨੇ ਪੈਂਦੇ ਆ ਇਹ ਜਿਹੜਾ ਰਿਮ ਹੈ ਇਹਦੀ ਸਪੈਸ਼ਲ ਮੈਂ ਤੁਹਾਨੂੰ ਖਾਸ ਕੇ ਦੱਸ ਦਿੰਦਾ ਆਹ ਰਿਮ ਆਉਂਦਾ ਜੀ ਆਪਣਾ ਇਹ ਹੁੰਦਾ ਜੋੜ ਵਾਲਾ ਰਿਮ ਠੀਕ ਹੈ ਇਹਦੇ 'ਚ ਜੋੜ ਹੁੰਦਾ ਇੱਕ ਆਉਂਦਾ ਰਿਮ ਕੰਪਨੀ ਦਾ ਜੀ ਉਹ ਥੋੜ੍ਹਾ ਕੋਸਟਲੀ ਹੁੰਦਾ ਉਹਦੇ ਵਿੱਚ ਇੱਦਾਂ ਦਾ ਜੋੜ ਨਹੀਂ ਹੋਊਗਾ ਕੋਈ ਵੀ ਉਹ ਰਿਮ ਵੀ ਤੁਹਾਨੂੰ ਉੱਪਰ ਜਾ ਕੇ ਦਿਖਾਵਾਂਗੇ ਇਹ ਫਿਰ ਕਿੰਨੀ ਕੁ ਕੋਸਟ ਹੁੰਦੀ ਹੈ ਇਹ ਭਾਅ ਜੀ ਆਪਣਾ 6000 ਦਾ ਮਤਲਬ 2 ਪੀਸ ਪੈ ਜਾਂਦੇ ਆ ਰਿਮ ਦੇ ਇਹ ਟਰੈਕਟਰ ਵਾਸਤੇ ਪੇਅਰ ਹਾਂਜੀ ਪੇਅਰ 6000 ਤੋਂ ਲੈ ਕੇ 8000 ਦੀ ਰੇਂਜ ਤੱਕ ਕੋਸਟ ਕਰਦਾ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਵਿੱਚ ਲਾਈਨ ਨਹੀਂ ਹੁੰਦੀ ਜਿਹਦੇ ਵਿੱਚ ਲਾਈਨ ਆ ਜਿੱਦਾਂ ਜੋੜ ਪਿਆ ਹੋਇਆ ਜੀ ਰਿਮ ਬਣਾਇਆ ਹੋਇਆ ਉਹ 'ਚ ਜੋੜ ਨਹੀਂ ਹੁੰਦਾ ਠੀਕ ਹੈ ਉਹ ਪੈ ਜਾਂਦਾ 8000 ਦਾ ਥੋੜ੍ਹਾ ਹੀ ਫਰਕ ਹੈ ਜ਼ਿਆਦਾ ਫਰਕ ਥੋੜ੍ਹਾ ਥੋੜ੍ਹਾ ਹੀ ਫਰਕ ਠੀਕ ਹੈ ਇਹ ਵੀ ਬਾਈ ਕੋਲੇ ਅਵੇਲੇਬਲ ਹੋਣੀ ਜਿਹੜੀ ਮੇਜਰ ਗੱਲ ਹੈ ਆਉਂਦੀ ਆ ਥਾਰ ਇਸ ਟਾਈਮ ਬਾਈ ਕੋਲੇ ਇਹ ਵੀ ਖੜੀ ਹੈ ਬਾਈ ਨੇ ਪਾ ਕੇ ਹੀ ਰੱਖੇ ਨੇ ਅਜੇ ਠੀਕ ਹੈ ਹੁਣ ਇਹ ਅਜੇ ਵੀ ਲਾਈਕ ਮਾਰਕੀਟ 'ਚ ਸ਼ਾਈ ਪਈ ਹੈ ਭਾਵੇਂ ਕਿ ਜਿਮਨੀ ਲਾਂਚ ਹੋ ਚੁੱਕੀ ਹੈ ਪਰ ਜਿਮਨੀ ਬਹੁਤ ਸਾਰੇ ਲੋਕ ਘੱਟ ਪਸੰਦ ਕਰ ਰਹੇ ਕਿਉਂਕਿ ਓਵਰ ਪ੍ਰਾਈਸ ਲੱਗ ਰਹੀ ਹੈ ਠੀਕ ਹੈ ਬਾਕੀ ਪਿਕਅਪ ਵਾਈਜ਼ ਦਾ ਫਰਕ ਹੈ ਹੁਣ ਥਾਰ ਜਿਹੜੀ ਹੈ ਇਹ ਬਾਈ ਨੇ ਮੇਰੇ ਨਾਲ ਓਰੀਜਨਲ ਫਿਊਲ ਪਾਇਆ ਇਹ ਓਰੀਜਨਲ ਫਿਊਲ ਆਪਾਂ ਉੱਤੇ ਗੱਲ ਕੀਤੀ ਹਾਂਜੀ 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 ਹੁਣ ਇਹ ਓਰੀਜਨਲ ਫਿਊਲ ਦਾ ਕਿਵੇਂ ਪਤਾ ਲੱਗਦਾ ਮੈਨੂੰ ਇਹ ਦੱਸੋ ਇਹ ਭਾਜੀ ਫਿਊਲ ਦਾ ਇੱਕ ਤਾਂ ਸਟੈਂਪ ਲਿਖੀ ਹੋਊਗੀ ਉੱਤੇ ਪ੍ਰੋਪਰ ਲਿਖਿਆ ਹੋਊਗਾ ਫਿਊਲ ਜੀ ਇੱਕ ਇਹਦੇ ਨਾਲ ਬਿੱਲ ਆਉਂਦਾ USA ਤੋਂ ਇੰਪੋਰਟ ਹੁੰਦਾ ਲੋਏ ਇਹ ਪ੍ਰੋਪਰ ਬਿੱਲ ਮਿਲੂਗਾ GST ਵਾਲਾ ਇਹਦਾ ਓਰੀਜਨਲ ਫਿਊਲ ਦਾ ਇੱਕ ਫਿਊਲ ਕੰਪਨੀ ਹੈ ਜਿਹੜੀ 12J ਵਾਈਡ ਅਲੋਏ ਬਣਾਉਂਦੀ ਹੈ ਜੀ ਠੀਕ ਹੈ 12J ਵਾਈਡ ਅਲੋਏ ਹੋਊਗਾ ਜੀ ਪ੍ਰੋਪਰ ਇਹਦੀ ਗਰੰਟੀ ਹੋਊਗੀ 5 ਸਾਲ ਦੀ ਕੋਈ ਵੀ ਪ੍ਰੋਬਲਮ ਆਉਂਦੀ ਤੁਸੀਂ ਅਲੋਏ ਲਾ ਸਕਦੇ ਹੋ ਬਾਕੀ ਟੁੱਟੇ ਵਿੰਗੇ ਦੀ ਗਰੰਟੀ ਨਹੀਂ ਹੁੰਦੀ ਉਹਦੀ ਨਹੀਂ ਹੁੰਦੀ ਤੇ ਇਹਨਾਂ ਦਾ ਟਾਇਰ ਆ ਫਿਰ ਇਹ ਕਿਹੜਾ ਪਾਇਆ ਹੋਇਆ ਇਹ ਭਾਜੀ ਰੋਡ ਮਾਰਸ ਦਾ ਟਾਇਰ ਪਾਇਆ ਹੋਇਆ ਹੈ 33-12x22 ਵਾਲਾ ਟਾਇਰ ਹੈ ਜੀ ਇਹ ਪ੍ਰੋਪਰ LT ਟਾਇਰ ਹੈ ਮਤਲਬ ਇਹਦੇ ਨਾਲ ਕੀ ਹੈ ਆਫ ਰੋਡਿੰਗ ਵਾਸਤੇ ਪ੍ਰੋਪਰ ਕੋਈ ਪ੍ਰੋਬਲਮ ਹੀ ਨਹੀਂ ਆਉਣ ਵਾਲੀ ਕੋਈ ਪ੍ਰੋਬਲਮ ਇਹ ਹੁਣ ਪਹਿਲੀ ਤੇ ਗੱਲ ਹੈ ਕਿ ਮਾਰਕੀਟ 'ਚ ਬੜਾ ਰੋਲਾ ਵਾ ਕਿ ਫਿਊਲ ਦੇ ਐਕਚੁਅਲ ਜਿਹੜੇ ਲੋਏ ਨੇ ਉਹ ਭਾਈ ਲੱਖਾਂ 'ਚ ਨੇ ਸੱਚੀ ਲੱਖਾਂ 'ਚ ਨੇ ਬਿਲਕੁਲ ਲੱਖਾਂ 'ਚ ਜੀ ਕਿੰਨੇ ਕੁ ਦੇ ਨੇ ਇਹ ਭਾਜੀ ਤੁਸੀਂ ਮੰਨ ਕੇ ਚੱਲੋ 1,80,000 ਤੋਂ ਲੈ ਕੇ 2.5 ਲੱਖ ਤੱਕ ਅਲੋਏ ਮਿਲਦੇ ਇਹ ਡਿਜ਼ਾਈਨ ਕਰਕੇ ਵੀ ਵੇਰੀ ਕਰਦੇ ਆ ਮਹਿੰਗੇ ਸਸਤੇ ਇਹ ਡਿਜ਼ਾਈਨ ਕਰਕੇ ਵੀ ਵੇਰੀ ਕਰਦੇ ਹੁਣ ਜੇ ਤੁਸੀਂ ਕ੍ਰੋਮ ਚ ਲਓਗੇ ਉਹ ਹੋਰ ਕੋਸਟਲੀ ਹੋਏਗੇ ਬਾਕੀ ਡਿਜ਼ਾਈਨ ਤੇ ਡਿਪੈਂਡ ਕਰਦਾ ਜੀ ਠੀਕ ਹੈ ਇਹਦੇ ਚ ਬਾਈ ਕੋਈ ਅੱਜ ਕੱਲ ਜਿੱਦਾਂ ਹੁਣ ਮੰਨ ਲਓ ਕਿਸੇ ਦਾ ਸ਼ੌਂਕ ਪੂਰਾ ਹੋ ਗਿਆ ਹੋਵੇ ਕੋਈ ਕਿਸੇ ਕੋਲੇ ਬ੍ਰਾਂਡਡ ਅਲੋਏ ਵੀ ਕੋਈ ਲਵਾ ਜਾਂਦਾ ਦੇ ਜਾਂਦਾ ਹਾਂਜੀ ਹਾਂਜੀ ਮੇਰੇ ਕੋਲੇ ਸੇਮ ਆ 22 ਇੰਚ 12J ਫਿਊਲ ਦੇ ਵਿੱਚ ਸੈਕਿੰਡ ਹੈਂਡ ਅਲੋਏ ਦਾ ਸੈੱਟ ਪਿਆ ਜੀ ਪਿਆ ਹੋਇਆ ਉਹ ਤੁਸੀਂ ਮੰਨ ਕੇ ਚੱਲੋ ਹੁਣ ਆਪਾਂ ਨਵਾਂ ਵਿਦ ਟਾਇਰ ਲੈਨੇ ਆ 3-3.5 ਦੀ ਰੇਂਜ ਪੈ ਜਾਂਦਾ ਹੈ ਆਪਾਂ ਤੁਹਾਨੂੰ 2 ਤੋਂ ਲੈ ਕੇ 2.5 ਲੱਖ ਦੀ ਰੇਂਜ ਦੇ ਵਿੱਚ ਉਹ ਲਾਏ ਦੇ ₹1,00,000 ਦਾ ਡਿਸਕਾਊਂਟ ₹1,00,000 ਸਿੱਧਾ ਸਿਰਫ ਚੱਲਿਆ ਉਹ 4000 ਕਿਲੋਮੀਟਰ ਹੈ ਜੀ ਅੱਛਾ ਪ੍ਰੋਪਰ 4000 ਕਿਲੋਮੀਟਰ ਸੈੱਟ ਚੱਲਿਆ ਜੀ ਗਰੰਟੀ ਬਿੱਲ ਸਭ ਕੁਝ ਮਿਲੂਗਾ ਸਾਰਾ ਕੁਝ ਮਿਲੂਗਾ ਕਿਸੇ 'ਚ ਕੋਈ ਪ੍ਰੋਬਲਮ ਨਹੀਂ ਸਿੰਗਲ ਸਕ੍ਰੈਚ ਨਹੀਂ ਹੈਗਾ ਕਿਸੇ ਵੀ ਅਲੋਏ ਤੇ ਉਹਦੇ ਵਾਸਤੇ ਬਾਈ ਤੁਸੀਂ ਬਾਈ ਨੂੰ ਕੰਟੈਕਟ ਕਰ ਲਿਓ ਤੇ ਇਸ ਕਰਕੇ ਮੈਂ ਸਮਝਦਾ ਕਿ ਵਲੌਗ ਬਹੁਤ ਲੰਬਾ ਹੋ ਗਿਆ ਹਨਾ ਤੇ ਠੀਕ ਹੈ ਤੇ ਇਹ ਸੀਗਾ ਅਪਡੇਟ ਵਲੌਗ ਜੇ ਤੁਸੀਂ ਪਿਆਰ ਦਿਓਗੇ ਬਾਈ ਨੂੰ ਹਨਾ ਤੇ ਮੈਨੂੰ ਵੀ ਪਤਾ ਲੱਗ ਜਾਣਾ ਤੇ ਫਿਰ ਤੁਹਾਨੂੰ ਹੋਰ ਅਸੀਂ ਵਲੌਗ ਵੀ ਦੇ ਸਕਦੇ ਹਾਂ ਪਰ ਹੁਣ ਇਹ ਮੇਜਰ ਗੱਲ ਆ ਜਾਂਦੀ ਹੈ ਬਾਈ ਆਪਾਂ ਕਿੰਨੇ ਤੋਂ ਕਿੰਨੇ ਅਵੇਲੇਬਲ ਰਹਿੰਦੇ ਆ ਸਟੋਰ ਕਿੰਨੇ 7 ਡੇਜ਼ ਓਪਨ ਹੁੰਦਾ ਜਾਂ ਕਿੱਦਾਂ ਹੁੰਦਾ ਆਪਣਾ ਭਾਅ ਜੀ 7 ਡੇਜ਼ ਹੀ ਓਪਨ ਹੁੰਦਾ ਸਟੋਰ ਤੇ ਸੰਡੇ ਨੂੰ ਹਾਫ ਡੇ ਓਪਨ ਹੁੰਦਾ ਬਾਕੀ ਦਿਨ ਫੁੱਲ ਡੇ ਹੁੰਦਾ ਜੀ ਬਾਕੀ ਫੁੱਲ ਡੇ ਹਾਂਜੀ ਮੇਨਲੀ 10 ਵਜੇ ਤੋਂ ਲੈ ਕੇ ਤੇ 8 ਵਜੇ ਤੱਕ ਸਟੋਰ ਆਪਣਾ ਓਪਨ ਹੁੰਦਾ ਸੰਡੇ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਓਪਨ ਇੱਕ ਹੋਰ ਮੋਟਾ ਜਿਹਾ ਕੁਐਸਚਨ ਆ ਕੀ ਮਾਰਕੀਟ ਨਾਲੋਂ ਆਪਾਂ ਸਸਤੇ ਆ ਮਾਰਕੀਟ ਨਾਲੋਂ ਆਪਾਂ ਮੇਨ ਫੋਕਸ ਕਰਦੇ ਕੁਆਲਿਟੀ ਤੇ ਭਾਜੀ ਕੁਆਲਿਟੀ ਇੱਕ ਚੀਜ਼ ਹੈ ਇਹੋ ਜੀ ਜਿਹੜੀ ਅਪ ਗਰੋਥ ਦਿੰਦੀ ਹੈ ਕਸਟਮਰ ਨੂੰ ਵੀ ਤੇ ਆਪਾਂ ਨੂੰ ਵੀ ਜੇ ਆਪਾਂ ਕਸਟਮਰ ਨੂੰ ਸੈਟੀਸਫਾਈ ਕਰਾਂਗੇ ਤੇ ਕੁਆਲਿਟੀ ਬੈਸਟ ਦੇਵਾਂਗੇ ਓਬਵੀਅਸ ਜੀ ਉਹ ਪ੍ਰਾਈਸ ਹੋਊਗਾ ਜੀ ਉਹਦਾ ਤੇ ਪ੍ਰਾਈਸ ਹਰ ਕੋਈ ਪੇ ਕਰਦਾ ਜੇ ਉਹਨੂੰ ਆਪਾਂ ਚੀਜ਼ ਸਹੀ ਸਮਝਾਵਾਂਗੇ ਤੇ ਦੇਵਾਂਗੇ ਉਹ ਦੁਬਾਰਾ ਵਿਜ਼ਿਟ ਕਰੂਗਾ ਓਕੇ ਠੀਕ ਹੈ ਹੁਣ ਇੱਥੇ ਇੱਕ ਗੱਲ ਹੋਰ ਬਣਦੀ ਵੈਸੇ ਤੁਸੀਂ ਵੀ ਇਹ ਚੀਜ਼ ਮੈਂ ਕਲੀਅਰ ਹੀ ਕਰ ਦਿੰਦਾ ਬਹੁਤ ਸਾਰੇ ਭਰਾ ਮੈਸੇਜ ਕਰਦੇ ਨੇ ਕਿ ਬਾਈ ਤੂੰ ਅੱਜ ਕੱਲ੍ਹ ਲਾਈਕ ਸ਼ਹਿਰਾਂ ਦੇ ਵਿੱਚ ਵਲੌਗ ਬਣਾਉਣ ਲੱਗ ਗਿਆ ਹਾਂਜੀ ਬਾਈ ਉਹ ਕਿਉਂ ਬਣਾਉਣ ਲੱਗ ਗਿਆ ਮੈਂ ਇਹ ਚੀਜ਼ ਫੀਲ ਕਰਦਾ ਹੁਣ ਬਾਈ ਸੀਗਾ ਬਾਈ ਦਾ ਬੜਾ ਤਕੜਾ ਸਟੋਰ ਸੀਗਾ ਮੈਨੂੰ ਵੀ ਆਈਡੀਆ ਨਹੀਂ ਸੀ ਪਰ ਸਾਡੀ ਗੱਲ ਹੁੰਦੀ ਸੀਗੀ ਹਨਾ ਫਿਰ ਜਦੋਂ ਮੈਂ ਵੇਖਿਆ ਮੈਂ ਕਿਹਾ ਇਹਦੇ ਤੇ ਵਲੌਗ ਦੇਣਾ ਬਣਦਾ ਨਾ ਕਿ ਮੋਗੇ ਵਾਲੇ ਬੰਦੇ ਜਾਂ ਲਾਈਕ ਦੂਰ ਵਾਲੇ ਬੰਦੇ ਉਹ ਲੁਧਿਆਣੇ ਜਾਂਦੇ ਸੀ ਜਾਂ ਵੱਡੇ ਸ਼ਹਿਰਾਂ ਨੂੰ ਤੇ ਬਾਈ ਇੱਥੇ ਸਾਰਾ ਕੁਝ ਰੱਖੀ ਬੈਠਾ ਹੁਣ ਦੂਜੀ ਗੱਲ ਆ ਤੁਸੀਂ ਇੱਥੋਂ ਲੁਧਿਆਣੇ ਜਾਓਗੇ 1,500-2,000 ਦਾ ਤੇਲ ਵੀ ਲੱਗਣਾ ਹੈ ਠੀਕ ਹੈ ਤੇ ਤੁਹਾਨੂੰ ਉਹ ਤੇਲ ਵੀ ਬਚਦਾ ਤੁਹਾਡਾ ਟਾਈਮ ਵੀ ਬਚਦਾ ਤੇ ਚੀਜ਼ ਵੀ ਜੈਨੂਇਨ ਸੇਮ ਚੀਜ਼ ਉਹ ਇੱਥੋਂ ਮਿਲ ਰਹੀ ਹੈ ਤੇ ਕੀ ਮਾੜਾ ਹੈ ਨਾ ਇਸ ਕਰਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਉਹ ਇਸ਼ੂ ਨਹੀਂ ਹੈਗਾ ਬਾਈ ਨੇ ਤੁਹਾਨੂੰ ਸਾਰੀ ਚੀਜ਼ਾਂ ਡਿਟੇਲ 'ਚ ਦੱਸਦੀਆਂ ਸਾਰਾ ਵਿਖਾ ਵੀ ਦਿੱਤਾ ਸੀ ਤੁਹਾਨੂੰ ਫਿਰ
ਚੀਜ਼ ਪਵਾ ਕੇ ਦੇਖੋ, ਵਰਤ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ। ਜਿੱਦਾਂ ਵੀ ਤੁਸੀਂ ਕੋਈ ਵੀ ਚੀਜ਼ ਲਓਗੇ, ਕੁਆਲਿਟੀ ਵਾਈਜ਼ ਵੀ, ਪ੍ਰਾਈਜ਼ ਵਾਈਜ਼ ਵੀ ਅਸੀਂ ਆਪਦਾ ਬੈਸਟ ਦੇਵਾਂਗੇ ਠੀਕ ਹੈ। ਇਸ ਕਰਕੇ ਭਾਈ ਥੈਂਕ ਯੂ ਸੋ ਮੱਚ, ਬਹੁਤ ਵਧੀਆ ਲੱਗਿਆ ਅਤੇ ਉਮੀਦ ਹੈ ਕਿ ਤੁਹਾਨੂੰ ਵੀ ਵਧੀਆ ਲੱਗਿਆ। ਤੁਸੀਂ ਮੈਨੂੰ ਵੀ ਫੋਲੋ ਕਰ ਸਕਦੇ ਹੋ ਦੇ ਅੰਡਰਸਕੋਰ ਕਰਨ ਦੇ ਨਾਮ 'ਤੇ ਇੰਸਟਾਗ੍ਰਾਮ, ਸਨੈਪਚੈਟ ਦੇ ਉੱਤੇ, ਅਤੇ ਬਾਕੀ ਚੈਨਲ ਫੋਲੋ ਕਰ ਲਓ ਹੋਰ ਇੱਦਾਂ ਦੇ ਅਪਡੇਟਸ ਵਾਸਤੇ। ਥੈਂਕ ਯੂ ਸੋ ਮੱਚ, ਬਾਏ, ਟੇਕ ਕੇਅਰ।